ਨਹੀਂ ਤੋੜਦੇ। ਗੁੱਸੇ ਨਾ ਹੋ ਮੁਟਿਆਰੇ, ਐਸ ਮਿੱਟੀ ਦੇ ਘੜੇ ਦੇ ਬਦਲੇ ਅਸੀਂ ਤੈਨੂੰ ਚਾਂਦੀ ਦਾ ਘੜਾ ਲੈ ਕੇ ਦੇ ਸਕੀਏ। ਚਾਂਦੀ ਦਾ ਘੜਾ ਭੈਣ ਦੇ ਦਾਜ ਚ ਰੱਖੀ ਵੀਰਾ, ਅਸਮਾਨ ਡਿੱਗੇ ਤੇਰੇ ਜਹਿਨ ਨੇ ਤੇ ਜਿਨ੍ਹਾਂ ਨੂੰ ਮੋਟਰੀ ਚ ਬੈਠ ਕੇ ਜ਼ਮੀਨ ਤੇ ਟੁਰਦਾ ਫਿਰਦਾ ਬੰਦਾ ਹੀ ਨਜ਼ਰ ਨਹੀਂ ਆਉਂਦਾ। ਚੱਲ ਹੁਣ ਗੁੱਸੇ ਨੂੰ ਛੱਡ ਤੇ ਆ ਮੇਰੇ ਨਾਲ, ਮੈਂ ਤੈਨੂੰ ਬਹੁਤਾ ਵੱਧ ਜਾਣਾ ਜਾ ਬਾਹੂ, ਮੇਰੇ ਕੋਲ ਮਾਂ ਭੈਣ ਨਾ ਬਣਾ ਲੈ। ਓਏ ਬਕ ਬਕ ਨਾ ਕਰ ਮੁਟਿਆਰੇ, ਜਿਹੜਾ ਸਾਡੀ ਮਾਂ ਭੈਣ ਪੁੜੇ ਅਸੀਂ ਨੂੰ ਪਰਸਰ ਕਰ ਦਈਏ। ਕੀ ਗੱਲ ਹੈ ਬਾਹੂ ਜੀ, ਬੜੇ ਔਖੇ ਬੋਲ ਰਹੇ ਹੋ। ਇੱਕ ਮਹੀਨਾ ਮੈਨੂੰ ਰਾਹ ਜਾਂਦੀ ਕੱਲੀ ਵੇਖ ਕੇ ਛੇੜਨਾ ਪਿਆ ਪਾਸ ਜਾਵਲਾ। ਅਕਲ ਕਰ ਬਾਹੂ, ਇਹ ਸ਼ਹਿਰ ਦੀ ਪਿੰਡ ਹੈ। ਓਏ ਤੂੰ ਕੌਣ ਹੈ ਸਾਨੂੰ ਅਕਲ ਦੇਣ ਵਾਲਾ? ਜਾਣਦਾ ਨਹੀਂ ਅਸੀਂ ਨਾ ਦਿਖਾਉਂਦੇ ਮਹਿਮਾਨ? ਆਪਣੇ ਆਪ ਨੂੰ ਮਹਿਮਾਨ ਕਹਿੰਦੇ ਹੋ ਬਾਹੂ ਜੀ, ਮਹਿਮਾਨਾਂ ਦੀ ਰਾਹ ਤੇ ਅਸੀਂ ਅੱਖੀਆਂ ਵਿਛਾ ਦਿੰਦੇ ਹਾਂ, ਪਰ ਤਨ ਤੇ ਜੁੱਤੀਆਂ ਮਾਰਨ ਤੇ ਦਿਲ ਕਰਦਾ ਹੈ। ਓਏ ਸਾਨੂੰ ਜੁੱਤੀਆਂ ਮਾਰਨ ਵਾਲਾ ਤੇ ਜੰਮਿਆ ਹੀ ਨਹੀਂ, ਫੜੇ ਕਰਦਾ ਤੇ ਕਹਿੰਦੇ ਪਲਸਤਰ। ਕੈਸੀ ਟੀਮ ਕੀਤੀ ਹੈ ਬਾਬੂ ਜੀ, ਤੁਹਾਨੂੰ ਹੀ ਗਰਮਾਲਾ ਫੇਰਾ। ਚੱਲ ਓਏ ਕਾਦਰਾ, ਐਸਨ ਪੰਡਰ ਦੀ ਗੱਲ ਕਰਨੀ ਹੈ, ਚੱਲ ਕੇ ਨਾਨਕ ਖਾਨਾ ਦੀ ਗੱਲ ਕਰਾਂਗੇ। ਹੁਣ ਮੈਂ ਜਾ ਬਾਬੂ ਜੀ, ਜਾਏਗਾ ਚੱਲ ਬਈ। ਚੱਲ ਤੂੰ ਘਰ ਜਾ ਤਾਜੀ, ਚੱਲ। ਬਦਮਾਸ਼ੀ ਡੰਡਾ ਦੀ ਨਹੀਂ ਅਕਲ ਦੀ ਖੇਡ। ਓਏ ਅਕਲ ਦੇ ਨਾਲ ਡੰਡਾ ਦੌਰ ਵੀ ਹੋਣਾ ਚਾਹੀਦਾ, ਜੇ ਵਕਤ ਪਵੇ ਤੇ ਡੰਡ ਵੀ ਅਜ਼ਮਾ ਲੈਣੇ ਚਾਹੀਦੇ ਨੇ, ਪਰ ਅਕਲ ਨੂੰ ਹੱਥੋਂ ਨਹੀਂ ਛੱਡਣਾ ਚਾਹੀਦਾ। ਓਏ ਅਸੀਂ ਤੇਰੀ ਅਕਲ ਨੂੰ ਮੰਨੇ ਆ ਨਾਦਰ ਖਾਨ, ਕਾਰੋਬਾਰ ਨੂੰ ਪਿੰਡਾਂ ਚੋਂ ਸ਼ਹਿਰ ਤੱਕ ਲੈ ਜਾਣਾ ਤੇਰਾ ਹੀ ਕੰਮ ਹੈ ਬਾਈ। ਤੂੰ ਸ਼ਹਿਰ ਦੀ ਗੱਲ ਪਿਆ ਕਰਨਾ, ਉਹ ਸਾਡਾ ਕਾਰੋਬਾਰ ਤੇ ਬਾਹਰ ਦੇ ਮੁਲਕਾਂ ਤੱਕ ਕੱਪੜਾ ਜਾਂਦਾ। ਓਏ ਤੇ ਮੈਨੂੰ ਪਹਿਲੇ ਹੀ ਪਤਾ ਸੀ, ਓਏ ਇਸੇ ਵਾਸਤੇ ਤੇ ਕਹਿੰਦਾ ਸਾ ਸਾਡੀ ਵੀ ਪੱਤੀ ਰੱਖ ਲੈ। ਪੱਤੀ ਤੇ ਮੈਂ ਤੇਰੀ ਜ਼ਰੂਰ ਰੱਖ ਲੈਂਦਾ, ਪਰ ਯਾਰਾਂ ਨਾਲ ਭਾਈਵਾਲੀ ਕਰਨਾ ਮੇਰਾ ਸ਼ੇਵਾ ਨਹੀਂ। ਨਾਲੇ ਵੈਸੇ ਵੀ ਤੇਰਾ ਜੂਏ ਤੇ ਸ਼ਰਾਬ ਦਾ ਕਾਰੋਬਾਰ ਜਲਾਲਪੁਰੇ ਖੂਬ ਚੱਲ ਰਿਹਾ। ਜਲਾਲਪੁਰੇ ਚ ਸਾਡੇ ਹੋਕੇ ਨੇ, ਪਰ ਜਿਹੜਾ ਗੱਲ ਕਰੇ ਖਲੇ ਖਲੋਤੇ ਨੂੰ ਜ਼ਮੀਨ ਚ ਕੱਟ ਦਈਏ। ਓਏ ਇੱਥੇ ਸ਼ਾਮਕੋਟ ਚ ਵੀ ਤੇਰਾ ਹੀ ਰਾਜ ਹੈ ਬੇਲੀਆ। ਸ਼ਾਮਕੋਟ ਚ ਤੇਰਾ ਨਹੀਂ ਨਾਦਰ ਖਾਨ, ਗਾਡੀਆਂ ਦਾ ਰਾਜ ਹੈ। ਓਏ ਕੀ ਕਹਿ ਰਿਹਾ ਸੁਲਤਾਨ? ਸੁਲਤਾਨ ਠੀਕ ਕਹਿੰਦਾ ਨਾਦਰ ਖਾਨ ਜੀ, ਇੱਧਰ ਵੇਖੋ ਤੁਹਾਡੇ ਪਿੰਡ ਦੇ ਗਾਡੀ ਦੀ ਕਰਤੂਤ ਪਤਾ ਕਰ ਲੀਜਿਆ, ਇਹ ਕਿਹੜਾ ਗਾਡੀ ਹੈ ਜਿਹਨੇ ਸਾਡੇ ਪ੍ਰਾਹੁਣੇ ਰੱਖ ਚੁੱਕਿਆ? ਏਡਾ ਔਖਾ ਗਾਡੀ ਸਜਾਵਣ ਦੇ ਸਵਾ ਕੌਣ ਹੋ ਸਕਦਾ ਜੋ ਸਾਹਿਬ? ਉਹਦਾ ਨਾਂ ਸਜਾ ਵੀ ਲੀਜੇ। ਉਹ ਜਾਣ ਜਾ ਕੇ ਬੁਲਾ ਕੇ ਲਿਆ, ਉਹਦੇ ਨਾਲ ਗੱਲ ਕਰੀਏ। ਇਹੋ ਜਿਹੇ ਫੱਡੇ ਬਾਜ਼ ਨੂੰ ਤੇ ਮਰਵਾ ਜਾਣਾ ਚਾਹੀਦਾ ਖਾਂ ਜੀ। ਓਏ ਉਹਨੂੰ ਤੇ ਮੈਂ ਉਸੇ ਰਾਤੀ ਮਰਵਾਉਣ ਦਾ ਮਨਸੂਬਾ ਬਣਾ ਲਿਆ ਸੀ, ਜਿਸ ਰਾਤ ਉਹਨੇ ਸਾਡੇ ਬੁਲਾਇਆ ਡੰਗਾ ਡੱਕੇ ਸਨ। ਓਏ ਇਹੋ ਜਿਹੇ ਬੰਦੇ ਨੂੰ ਮਾਰਨ ਲਈ ਮਨਸੂਬੇ ਨਹੀਂ ਬਣਾਏ ਦੇ ਨਾਦਰ ਖਾਂ, ਚਿੱਟੇ ਤਿੰਨ ਮਾਰ ਦੇਣਾ ਚਾਹੀਦਾ ਹੈ। ਉਹ ਨਹੀਂ ਓਏ, ਬਦਮਾਸ਼ੀ ਡੰਡਾ ਦੀ ਨਹੀਂ ਅਕਲ ਦੀ ਖੇਡ। ਐ ਵੇਖ ਨੂਰਾ, ਮੈਂ ਤੇਰੇ ਅੱਜ ਕੀ ਕੁਛ ਲੈ ਕੇ ਆਇਆ। ਕੀ ਗੱਲ ਹੈ ਲਾਲਾ, ਤੂੰ ਜਿੱਦੋਂ ਵੀ ਸ਼ਹਿਰ ਜਾਣੇ ਮੇਰੇ ਸਵਾਦ ਕੋਲ ਆਸੇ ਕੋਈ ਚੀਜ਼ ਲੈ ਕੇ ਨਹੀਂ ਆਉਂਦਾ। ਤੇਰੇ ਸਪੋ ਦੀ ਗੱਲ ਨਾ ਕਰ ਨੂਰਾ, ਅਜੇ ਉਹ ਆਪਣੇ ਮਾਪਿਆਂ ਦੇ ਘਰ ਬੈਠੀ ਹੋਈ ਹੈ। ਹੁਣ ਮੈਂ ਮਾਪਿਆਂ ਦੇ ਘਰ ਨਹੀਂ ਰਹਿਣ ਦੇਣਾ ਲਾਲਾ, ਇਸ ਚੀਜ਼ ਤੇ ਜਾਣ ਉਹਦੀ ਮੈਂ ਡੋਲੀ ਲੈਣੀ ਆ। ਨਹੀਂ ਨੂਰਾ, ਉਹਦੀ ਡੋਲੀ ਉਦੋਂ ਲਿਆਵਾਂਗਾ ਜਦੋਂ ਆਪਣੀ ਭੈਣ ਦਾ ਪਾਰਸਿਰ ਤੋਂ ਲਾ ਲਾਂਗਾ। ਪਤਾ ਨਹੀਂ ਲੋਕ ਧੀਆਂ ਨੂੰ ਘਰੋਂ ਟੁਰਨ ਦਾ ਇੱਡਾ ਫਿਕਰ ਕਿਉਂ ਕਰਦੇ ਨੇ। ਆ ਇੱਜ਼ਤ ਵਾਲੇ ਲੋਕਾਂ ਨੂੰ ਇੱਕੋ ਤੇ ਫਿਕਰ ਹੁੰਦਾ ਹੈ, ਇਸ ਜ਼ਮਾਨੇ ਜਿਹਦੀ ਧੀ ਭੈਣ ਇੱਜ਼ਤ ਨਾਲ ਬੂਹੇ ਤੋਂ ਉੱਠ ਜਾਏ, ਉਹਦੇ ਨਾਲ ਦਾ ਖੁਸ਼ਕਿਸਮਤ ਹੋਰ ਕੌਣ ਹੋ ਸਕਦਾ ਹੈ। ਚਾਚਾ ਇਲਮ ਦਿਨ ਵੀ ਤੇ ਮੇਰੀ ਭਾਬੀ ਨੂੰ ਬੂਹੇ ਤੋਂ ਉਠਾਉਣ ਦਾ ਬੜਾ ਫਿਕਰ ਕਰਦਾ ਹੋਣਾ, ਅੱਜ ਜਾ ਕੇ ਵਿਆਹ ਦੀ ਤਰੀਕ ਪੱਕੀ ਕਰ ਰਿਹਾ ਲਾਲਾ। ਚਾਚੇ ਇਲਮ ਦਿਨ ਦਾ ਫਿਕਰ ਲਾਉਣ ਤੋਂ ਪਹਿਲਾਂ ਮੈਂ ਆਪਣੀ ਮਾਂ ਦੀ ਵਸੀਅਤ ਪੂਰੀ ਕਰਾਂਗਾ। ਉਹਨੇ ਆਖਿਆ ਸੀ ਭੈਣ ਦੇ ਹੱਥਾਂ ਤੇ ਸਗਨਾਂ ਦੀ ਮਹਿੰਦੀ ਆਪਣੇ ਹੱਥਾਂ ਨਾਲ ਲਾਏ। ਮੈਨੂੰ ਹੀ ਤੇ ਮਾਂ ਨੇ ਤੇਰੇ ਸਿਹਰੇ ਦੀਆਂ ਲੜੀਆਂ ਆਪਣੀ ਅੱਖੀ ਪਰੋਣ ਦੀ ਵਸੀਅਤ ਕੀਤੀ ਸੀ। ਸਿਹਰੇ ਜਦੋਂ ਬੰਨਾਂਗਾ ਉਦੋਂ ਲੜੀਆਂ ਪਰੋਈ, ਪਹਿਲਾਂ ਇਹ ਵਾਲੀਆਂ ਤੇ ਕੰਨਾਂ ਚ ਪਾ। ਇਹ ਤੇ ਮੈਂ ਆਪਣੀ ਭਾਬੀ ਦੇ ਕੰਨਾਂ ਚ ਪਾਵਾਂਗੀ। ਇਹ ਵਾਲੀਆਂ ਮੈਂ ਤੇਰੇ ਲਈ ਲਿਆਂਦੀਆਂ ਨੇ, ਤੇ ਨਾਲੇ ਇਹ ਚੂੜੀਆਂ ਵੀ। ਚੂੜੀਆਂ ਤੇ ਮੈਂ ਪਾ ਲਾਂਗੀ, ਪਰ ਜਾਵਨਾ ਕੌਣ ਹੈ? ਚੌਧਰੀ ਨਾਦਰ ਖਾਨ ਨੇ ਤੈਨੂੰ ਬੁਲਾਇਆ ਸੁਜਾਵਲਾ? ਉਹਦੇ ਅੰਤ ਮੈਂ ਆਪ ਹੀ ਆਉਣਾ ਸੀ, ਜਾਂ ਆਖਦੇ ਸੁਲੰਘਾ ਆਉਂਦਾ ਸੁਜਾਵਲ। ਨਾਦਰ ਨੇ ਤੈਨੂੰ ਕਿਉਂ ਬੁਲਾਇਆ ਲਾਲਾ? ਅੱਜ ਉਹਦੇ ਪਰਾਹੁਣੇ ਨਾਲ ਤੂੰ ਤੂੰ ਮੈਂ ਹੋ ਗਈ ਸੀ, ਉਸ ਬਿਸ਼ਰਮ ਦੇ ਨਿੱਤ ਨਵੇਂ ਪਰਾਹੁਣਿਆਂ ਨੇ ਧੀਆਂ ਭੈਣਾਂ ਦਾ ਘਰੋਂ ਨਿਕਲਣਾ ਹਰਾਮ ਕਰ ਦਿੱਤਾ। ਨਹੀਂ ਲਾਲਾ, ਮੈਂ ਤੈਨੂੰ ਉੱਥੇ ਨਹੀਂ ਜਾਣ ਦਿਆਂਗੀ। ਅੱਲਾ ਨਾ ਕਰੇ ਤੇਰੇ ਦੁਸ਼ਮਣ ਕੁਛ ਹੋ ਜਾਏ ਤੇ ਮੇਰੇ ਇਸ ਦੁਨੀਆਂ 'ਚ ਕੌਣ? ਮੈਂ ਕੋਈ ਲੜਨ ਚੱਲਿਆ? ਤੇ ਫਿਰ ਸੌ ਮਾਂ ਦੇਖਾ ਕਿ ਤੂੰ ਉੱਥੇ ਲੜੇਗਾ ਨਹੀਂ। ਸੌ ਮਾਂ ਦੀ ਨਹੀਂ ਲੜਾਂਗਾ। ਅੱਛਾ ਹੁਣ ਜਾ। ਸਲਾਮ ਅਲੈਕੁਮ ਚੌਧਰੀ ਜੀ।
नहीं सुल्तान क्यों सजावल तू इन्हों के सामने क्यों आया तेन पता नहीं सी प्रौने ने प्रौने की इज्जत करना पिंड वाले का फर्ज है प्रौने उसकी इज्जत करनी चाहिए चौधरी साहब जरा आप इज्जत वाला हो इज्जत वाला वो होंगे जरा दूसर की इज्जत को अपनी इज्जत समझे बस बस के गला ना कर नहीं तो खड़े खड़ो तेरी जमीन कर देंगा और जमीन कटने तो पहला मैं पत्थर कर देंगा चुप रहो चुप तो मैं इन्हों करा लेना सी पर मजबूरी है कि अज मैं ना लड़न की सौ खा के आया मैं तेरी सौ होने पालने व्डिया सौ पहले खड़ोता रहे ये मेरी सौ भज गई ते तेरी लाश ते फाटिया पड़े जाला कोई नहीं होना बक बक ना करो सजावला इन्ना मैं तेरा लिहाज करता जा रहा तो उन्हें चेटे चलता जा रहा जा जाके कम कर अपना मेरे सजना के सामने बोल के तू मां तू आवाज मारी है तू ये गल याद रखी नादरा जिंदगी ते मां खुदा दे हाथ च है अज पता लगा कि तुसी अपने पिंड के बंदे नू आप सिर चढ़ा रहे हो मैं उन्हें सिर नहीं चढ़ाया मैं उन्हें ढिल दी है जदों रस्सी खिंचांगा उहदे खुरे खोई का पता नहीं लगेगा इसलिए हाकू नू ललका रहा है 2000 रुपया उहदी मुठ च लाऊंगा तो इहदा सिर ला देगा अस्सलाम वालेकुम भाई सजनो नेड़े दियो वालेकुम अस्सलाम सुनावे मन्या माल बिले लाया ओ जेड़े काम जाइए करके आवीदा ए जान पहचान वाले बंदे आ नादर खान जी इसलिए ते बाहर दे सारे काम तेरे सपुर्द किए हुए ने सुना किन्नी को रकम वटी उक्का मुक्का 20000 ओ 20000 दिया ते सिर मजा सन बाकी दा डंगा झुंगे ही दिया कमलियां गल्ला ना करो नादर खान जी चोरी दे माल दा किन्ना को मुल पैंदा है और रकम तो नकद ले आंदी हो ना ओए नकद ही समझो चौथे दिन वाज मार के दे जाएंगे ओए वो है क्या कौन ने और तुसी ओ ना नहीं जानते एक ते मेनू तेरी समझ नहीं आउंदी तू नित नाल बबाई दा कित्थों लैंदा ओ जान पछाण वाले बंदे आ ओ केड़ा पिंड है जिथों दा बदमाश सानू नहीं जानदा ते शहर दी आपां गल नहीं करदे और तेनू किस दिन शहर दे फिकर हो के जा सजावल दी मौत दा सुनिया तेनू जलालपुर ही पहुंच जाएगा ओ जलालपुर ते सजावल मंगया है ओए जब भुल के भी जलालपुर आ गया ते ओदी मौत सुनिया तानू इत्थे ही पहुंच जाएगा चंगा फिर रब राखा रब राखा आ सुल्तान शहर दा हिसाब तब अंदर चल के करिए आओ जी जवाना नगर काका अब पुत्र जरा एक पता दे दसी किदा पता है अपना सजावल गाड़ी किथे रहंदा मैं हां तू है अच्छा जी तू है ते फिर अपना अपना मनी ऑर्डर वसूल कर ले मेनू मनी ऑर्डर किथों आना है किथों आना कमा लोगे तन्नू किथों मनी ऑर्डर नहीं आ सकदा अरे पता पूरा पता पूछ ले बा मुकाम चोटपुरा डाखाना तोखा मंडी मल्ला दगाबाजा गली नंबर 420 ओए अज पहली बारी ना सुने पहली पर तन्नू अंब खान नाल मतलब है कि गीठां गिणन नाल ना फड़ा अंगूठा ला के पैसे वसूल कर हल ना दे सामने एक रुपये में दारा दे वो किस गल दा किस गल दा क्यों नहीं दा ओए जितू तू यार ले भी आज खूब बनाई बनाया ला तेरा ही नाम कादा ही नाम अब मैं नाम लाने आ तू मेरा यार है मैं तो तेरे ऐ इतला करन आया सा है कि मैं सुनया कल तू अपनी गाड़ी नो ट्रक ना रेस ला के उदा पिया तो आ देता क्यों ऐसा की तू अच्छा आगे तो नहीं करांगा अरे सुन ना कर यार बड़ा पागल आदमी साफ होता है सुन नहीं करी बाबला अच्छा मैंने जा यार मैं चले देख की लगा रहे अंतर मंतर शू छड़क फिर जा कुजा फू फड़क दासे चोरी तू तलक और कुजा दे फजे ने ना दे फिर आ फिर दे साडा चोरी फजाइए आओ भी चल के फजे नु पड़िए साईं जी मजली गुड़ तो दम कर दे पा पीर हो दी रोटी ले ले तू उठा जाओ पीर दी रोटी पीर को ले आ मुड़ी तड़िए हटा हटा ले रखो पीर होरी बड़ी लाख लग रही नहीं आज हला बाजी सदा तुसी भी पीर होना ते कित्ते अच बैठ आयो इन्ना ने खैर नाल तन्नू कोठी पवा देनी चुप कर अपने हाथ ना काट के रोटी खवा ओए अल्लाह कोड़े हो जाओ अस्सलाम वालेकुम पीर जी वालेकुम सलाम ये हाल चाल है जी थोड़ा की गल है पीर जी आज तुसी अपने हाथ नाल रोटी नहीं खा रहे तानू किते फालतू नहीं होगा खैर वे नहीं अड़िया पीर होरा नु राती
सपना दिखा सी इन्होंने बेचारे ने थोड़े दिन तक घोड़िया हो जाना तेन प्रेमी ले हवाले करना चुप हो तू आ मेरी नजर थोड़ा हो जाओगे पीर जी दफा हो जाने कुड़िए असि तो मुरीद होने आया सवाली रोटी खाओ दिल बन्ने लग जाएगा खाओ खाओ सुना ना पीर जी ला जा मुरीदा ए तेरी बहुटी है भैन ये मेरी बहुटी है पीर जी जदों का विआह है उदों की बीमार है हर वे ठंडे सह ही भरते हैं पता नहीं किन्ने तवीत पा दिते ने तवीत ने जिंदा साया है इन साढ़े हुजरे विच लै जा असी हमने जिंद को पूछ लाने की चाहता है मैं कपीर जी तुम जरा पता करो हम जिंद की कहना शायद थोड़ा वाकफ ही हो पता करो सारा दुड़की लाओ दित्तू देखिए पीर होना करा मा तू शड़क तू बाहर चला जा मैं बाहर चला जा एक ही पे आख दो पीर जी अंदर रहेगा तो यह जिंद तेन चंबड़ जाएगा मर्द में चंबड़िया होया जिंद कोई पीर नहीं कर सकता फिर मैं अंदर नहीं खलोंदा पीर जी असी तेरे रोग नू जानने मुटियारे हूं यह दस ओदा ना की है ते केड़े पिंड दा रहन वाला है तुसी किदी गल कर दे पीर जी किदी याद विच तेरा ए हाल होया तुसी ते सचमुच दिलां दीआं जान असी दिलां दीआं वी जानने ते बेड़े वी बन्ने ला देने जल्दी दस ओदा नाम मुराद है ते नूरपुर दा रहन वाला है फिक्र ना कर अगली जुमेरान तेनू इत्थे मिलेगा ते सुन साडी खिदमत वी करदी रही तुसी जो कहोगे मैं मन्नांगी अच्छा फिर अजमा लैने सब तो पहले दुपट्टा ला तो फिर कमीज काबू आने वाले शह नहीं तू गलत समझी मुटारे मैं तेरा उस कमीज के दुपट्टे वालों आख्या जेड़े रस्सी उत्ते टंगे ने माफ करना पीर जी मैं तो बड़ी भूल हो गई जाओ माफ कीता है तू बड़ा मेरी भाभी दे दे उधर नहीं जा रहा मैं अपने यार अस्तरल जा रहा पाक तो भी तो भाभी के पिंड च रहा ना ले फट अपने हथियो पा दे नहीं नहीं नूरा मैं ओदे कोल इना शर्माना है तो फिर चाचे दे दे जिस तरह तेरी मर्जी जे तू ओदे कान कजनी चाहनी है तो मैं ले जाना ब्याह की तारीख भी पक्की करके आवी लाला तारीख जरूर पक्की करके आवांगा पर अपनी नहीं तेरी ओ अच्छा लौटे ले मज नू पट्ठे जरूर पा दे अच्छा लाला खैर ना जा ते खैर ना ला ओए मैं आ गया ए बड़ा सज सजा के किधर जा रहे जलालपुर अस्तर चले यार अख्तर वाला अच्छा ठीक है ठीक है वो ऐसे भाले साधे पर जाए भी मिलेगा कोई लव सीन कोई ड्यूट होगा मैं क्या ये रोज रोज मिलना तैन कर चाल करने पर आकर उन्होंने कार ही लाया मैं चल गया साढ़ा यार सजावल दे बेड़े जिन बावल खेते हैं यार तेरा पुत्र तो बड़ा ही जवान होगा और मदर शाह के पुत्र चुक चुक कर मारेगा बड़िया बड़का में चढ़ गया ओ अच्छा याद है ना अच्छा खुदा फिर अच्छा यार जल्दी आए हैं ला फिर आज साडा फेरा भी जलाल पूरी लगेगा सजावन दे जिंदा रहने का वक्त लंघ गया है मन्ना लौटे ले आपनू नाल लेके आ जाएगा आवे नूरिया की खबर लें सजावन जलालपुर चला गया जनाब ये तो होर भी चंगा होया हुन वापसी ते आउंदे आ राज ही मारिया जाएगा ओए बदमा डंडा दे नहीं अकड़ दिखे तो? अच्छा तू है तू लेला की मारे दे तू साडे बाहर को चोरा हूं ना चले दे कोरे चारे सलाम करना भूल गया अदरन अदर भूल नहीं था गया अस्तर लो हो के तेरे वाल आना थी तेरे वाल आना थी ऐला फड़ वाली शुक्र है जे तेनु ही कार वसान दा वाल आया इंज कर ए फड़ वालिया मेरे बुंदे ला के अपने हथा कन्ना च पा दे ना रानो मैं तेरे कन्ना नु हाथ नहीं लाना बल्ले वे बल्ले तू ते इंज पे डरना जिवे मेरे कन्ना नु बिजली दा करंट लगा है डरदा नहीं चाकना सच पूछे ते मैं तेरे नाल गल भी नहीं करनी चाहिए जे तू मेरे नाल गल नहीं करनी ते अपनी सुगात भी अपने कोल रख गल नु समझिया कर
मैं इसलिए कह दिया कि तू मेरी मांग नहीं ले आया, नूरा ने भेजिया ने। तेरा मतलब है तेनू मेरा कोई ख्याल नहीं? रस्ता ते छड़, मैनु अगे देर हो गई है। पता नहीं किसा दा बंदा है, मैं हर वेले दे ख्याल च डुबी रहनी हां ते पल्ला ही छुड़ांदा रहंदा। कर लेनी है तन मैं ठीक। अगे ते जमीन चो आलू उगा उगाने शुरू कर दिते। मैं कहो रल के भुर्जी पका ली। चुप्पी दिया पुत्रा, हर वे जुगतां च लगा रहना। मैं कहिंदी साहब हर वे तुसीं मैनूं डांटते रहिंदे हो, इन्हां बुरछियां नूं कदी नहीं जी कहा जिहड़े पड़ोपड़ा पड़ोपा छोलियां नूं हरे मुख खोर हो। दित्तू नूं अगे विच वेख के आ गए ने जिवें कां गुलेलियां जांदा। दित्तू नहीं तां उन्हां ने मंजियां ते पैके जाणा सी। एक ते चार दिन हुण वी करनगे। ओ छड्डो होर क्या दी गल। जब मैं ये दस माझे तक अगे कित्थे बन के आया? अगे ते अगे वी होंदे ने चाचा,
ਨੂਰਾ ਪੱਠੇ ਪਾ ਲੈ ਗਈ। ਤੂੰ ਨੂਰਾ ਨੂੰ ਨਾਲ ਲੈ ਕੇ ਕਿਉਂ ਨਾ ਆਇਆ? ਨਾਲ ਲੈ ਆਂਦਾ ਤੇ ਸ਼ਹਿਰ ਜਾਣ ਤੋਂ ਪਹਿਲਾਂ ਭੈਣ ਨੂੰ ਮੈਂ ਵੀ ਮਿਲ ਲੈਂਦਾ। ਮੇਰਾ ਵੀ ਨੂਰਾ ਨੂੰ ਮਿਲਣ ਨੂੰ ਬੜਾ ਜੀ ਕਰਦਾ। ਮੇਰਾ ਨਾਂ ਸੁਣ ਕੇ ਸ਼ਹਿਰ ਦੀ ਜੂਹ ਛੱਡ ਜਾਂਦੇ ਨੇ। ਬਦਮਾਸ਼ੀ ਡੰਡਾ ਦੀ ਅਗਲ ਦਿਖੇ ਸਾਡੇ ਚ ਵੀ ਘੱਟ ਨਹੀਂ ਨਾਦਰ ਖਾਂ, ਤੂੰ ਰਾਹ ਤੇ ਚੱਲ ਕੇ ਵਿਖਾ। ਕੌੜਾ ਪਾਣੀ ਤਾਂ ਪੀ ਲੈ ਨਾਦਰ ਖਾਂ, ਕੌੜਾ ਪਾਣੀ ਪੀਣ ਤੋਂ ਪਹਿਲਾਂ ਮੈਂ ਤੇਰੇ ਦੁਸ਼ਮਣ ਦਾ ਲੰਘ ਪੀਆਂ। ਚੰਗਾ ਫਿਰ ਰਾਮ ਦਾ ਸੂਰਜ ਡੁੱਬ ਚੱਲ। ਸ਼ਰਮ ਕਰ ਨਾਦਰ ਖਾਂ। ਇਹਨੂੰ ਕੀ ਆਖਣੀ ਹੈ ਮੁਟਿਆਰੇ, ਮੇਰੇ ਨਾਲ ਗੱਲ ਕਰ। ਤੂੰ ਚੁੱਪ ਰਹੋ ਆਕੂ, ਇਹ ਸਾਡੇ ਪਿੰਡ ਦੀ ਮੁਟਿਆਰੇ। ਕਿਉਂ ਮਾਂ ਜੀ, ਮੈਂ ਕਿਹਾ ਸੀ ਨਾ ਸਜਾਵਲ ਮੇਰਾ ਸੁਨੇਹਾ ਮਿਲਦਿਆਂ ਨਾਲ ਹੀ ਆ ਜਾਏਗਾ। ਬਈ ਸੁਨੇਹਾ ਤੇ ਤੇਰਾ ਮਿਲ ਗਿਆ ਸੀ, ਪਰ ਤੂੰ ਆਪ ਸਾਡੇ ਪਿੰਡ ਕਿਉਂ ਨਹੀਂ ਆਇਆ? ਯਾਰ ਸ਼ਹਿਰ ਜਾਣ ਦੀ ਤਿਆਰੀ ਜੋ ਕਰਨੀ ਸੀ ਤੇ ਨਾਲੇ ਤੇਥੇ ਆਉਣ ਦੀ ਤਕਲੀਫ ਇਸ ਵਾਸਤੇ ਦਿੱਤੀ ਹੈ ਕਿ ਤੈਨੂੰ ਮਿਲਿਆ ਬਗੈਰ ਜਾਣ ਤੇ ਦਿਲ ਨਹੀਂ ਸੀ ਕਰਦਾ, ਤੇ ਨਾਲੇ ਮਾਂ ਵੀ ਤੇਰੇ ਦਾਸ ਸੰਗ। ਮਾਂ ਜੀ ਨੂੰ ਮਿਲਣ ਲਈ ਤੇ ਮੇਰਾ ਬੜਾ ਦਿਲ ਕਰਦਾ ਸੀ। ਜਵਾਨੀਆਂ ਮਾਣੇ ਪੁੱਤਰ ਵੀ, ਤੁਹਾਨੂੰ ਦੋਵਾਂ ਨੂੰ ਇਕੱਠਿਆਂ ਵੇਖ ਕੇ ਤੇ ਮੇਰਾ ਕਲੇਜਾ ਠਰ ਜਾਂਦਾ। ਅੱਛਾ ਮਾਂ ਜੀ, ਮੈਂ ਜ਼ਰਾ ਚਾਚੇ ਲੋ ਆਵਾਂ। ਮੈਂ ਵੀ ਤੇਰੇ ਨਾਲ ਚੱਲਾਂ ਯਾਰ, ਸ਼ਹਿਰ ਤੋਂ ਪਹਿਲਾਂ ਮੈਂ ਉਹਨਾਂ ਨੂੰ ਵੀ ਮਿਲ ਲਾਂਗਾ। ਪੁੱਤਰ ਰਾਤ ਦੇ ਸਮੇਂ ਅਖਤਰ ਨਿਕਲ ਸਵੇਰੇ ਸਵੇਰੇ ਤੁਰ ਪੈਣ। ਅੱਛਾ ਮਾਂ ਜੀ। ਰੱਬ ਤੁਹਾਨੂੰ ਦੋਵਾਂ ਨੂੰ ਸਲਾਮਤ ਕਰੇ। ਗਰਮੀ ਨਾਲ ਦੁਆਰ ਆਣੋ, ਮੈਂ ਆਪਣੀ ਆਈ ਤੇ ਆ ਗਿਆ, ਤੈਨੂੰ ਚੁੱਕ ਕੇ ਲੈ ਜਾਊਗਾ। ਮੈਨੂੰ ਤੇ ਲੈ ਚਲੋ। ਅੱਛਾ ਯਾਰ, ਜਿਸ ਤਰ੍ਹਾਂ ਤੇਰੀ ਮਰਜ਼ੀ, ਪਰ ਮੇਰਾ ਨਾਂ ਸੁਣ ਕੇ ਜੂ ਛੱਡ ਜਾਂਦੇ। ਓਏ ਅੱਲਾ ਫੜ ਪਸਤਾਓ ਤੇ ਇੱਥੇ ਹੋਸ਼ ਨਾਲ ਕਲੋਮੀ। ਤੂੰ ਕਿੱਧਰ ਜਾ ਰਿਹਾ? ਮੈਂ ਆਪਣੇ ਦਿਲ ਦੀ ਇੱਕ ਬਚਾਉਣ ਲਈ। ਸਜਾਵਲ ਨੂੰ ਮਾਰਨ ਤੋਂ ਪਹਿਲਾਂ ਹੀ? ਓਏ ਮੈਂ ਉਹਦੇ ਆਉਣ ਤੋਂ ਪਹਿਲਾਂ ਹੀ ਮੌਜ ਮੇਲਾ ਕਰਕੇ ਆ ਜਾਣਾ। ਆਉਣ ਮੌਜ ਮੇਲਾ ਕਰਨ ਗਏ, ਹੁਣੇ ਆ ਜਾਂਦਾ। ਮੌਜ ਮੇਲਾ? ਘਬਰਾਉਣ ਦੀ ਕੋਈ ਲੋੜ ਨਹੀਂ ਮੁਟਿਆਰੇ, ਮੈਂ ਚੋਰੀ ਕਰਨ ਨਹੀਂ ਆਇਆ। ਤੈਨੂੰ ਸਰਦੀਜਾ ਦਿੰਦਾ ਪੈਰ ਪਾਉਣ ਦੀ ਜੁਰਅਤ ਕਿਵੇਂ ਹੋਈ? ਉੱਚੀ ਨਾ ਬੋਲ ਮੁਟਿਆਰੇ, ਜਾਣਦੀ ਨਹੀਂ ਜਾਵਲ ਦਾ ਕਾਰ ਜਿੱਦਾਂ ਪਿੰਡ ਦੀਆਂ ਗਲੀਆਂ 'ਚ ਕੋਸੇ ਰੋਚਾ ਕਰਕੇ ਨਹੀਂ ਲੱਗ ਸਕਦਾ। ਇਹ ਕਰਕੇ ਤੇ ਮੈਂ ਉਹਦਾ ਸਿਰ ਟਾੜਨ ਵਿੱਚ ਕਰ ਨਹੀਂ ਆਇਆ ਮੈਂ। ਵੇ ਤੇਰੀ ਕੀ ਮਜਾਲ ਹੈ, ਮੇਰੇ ਵੀਰ ਵਾਲਾ ਕੁੱਚੀ ਕਰਕੇ ਤੱਕ ਜਾਏ ਤੇਰੇ ਤੇ ਨੁੱਚਲ ਫੰਗਰ ਦੇ ਕੰਮ ਨਾ ਛੱਡ ਜਾ। ਆ ਜੇ ਤੂੰ ਉਹਦੇ ਤੇ ਇੰਨਾ ਕੀ ਮਾਂ ਨੇ ਮੁਟਿਆਰੇ, ਫੇਰ ਪਹਿਲਾਂ ਮੈਂ ਤੇਰੀ ਇੱਜ਼ਤ ਲੁੱਟਾਂਗਾ ਤੇ ਉਹਦਾ ਸਿਰ ਵਾਰਾਂਗਾ। ਆ ਮੇਰਾ ਨਾਂ ਸੁਣ ਕੇ ਸ਼ਹਿਰ ਵੀ ਜੂ ਛੱਡ ਜਾਣੇ। ਇਹ ਸਭ ਕੁਝ ਤੂੰ ਕਰਵਾਇਆ,
रात के अंधेरे विच जुल्म करवाने वाले उस दिन मेरा दलेर भी तेरे को दिन दे चांदी विच बदल लाएगा। वो इन जिंदा क्यों छड़े ते आपू जिस जावल भी दस देगी ते पुलिस भी बयान दे देगी। रहन में आपू ये सीने जो बच्ची काटो मैं कुफर कदी नहीं तोलांगा। मैं पुलिस नूं तेरी सच्ची गल दसांगा। अली जख्मां वसूल करनियां ने लै चलो इहनूं ते तहखाने च बंद कर दिओ। जनाब रहमत ते सजावल की भैन जायज तलुकात सन। सजावल ने पहला भी कई बार कोशिश की थी कि रहमत नूं कतल कर दे पर राती ते उस बेचारे की किस्मत ही हार गई। सजावल के घर चला गया। शहादतों तो यही जाहिर हो रहा है सजावल ने गैरत के जोश में दोहरा कदम किया है। बिल्कुल ठीक है जनाब। मेरा ख्याल है लाशा पोस्टमार्टम होकर वापस आने तक असं जाए वारदात का एक दफा होर जायजा ले लीए। जिसना जनाब की मर्जी। नूरा नूरा मेरे नाल ते चार मौके दे गवाह होर भी ने। जे गवाह तू है ते फिर कातल भी तू है। मैं ते बलाऊ भी जाओ। देखे जा थाने जी दातलवा नू फटाफट ला चलो भाई अदालत चो रिमांड लैके वापस नहीं आना। थानेदार जी अदालत जान तो पहला मैनू मेरे पिंड ले चलो। ये टांगा पिंड वाल नहीं जा सकता सजावला। थानेदार जी खुदा का नाम जे मैनू पिंड ले चलो जिस पैन दे हथा ते मेहंदी का रंग वेखण लई मेरियां अखां तरसदियां रहियां ने उहदे चिट्टे हथां नूं चुम के कफन विच दे कोल होंदे रब दा नाम जे मैनू पिंड ले चलो। असीं मजबूर हां सजावला कानून सानू इस वेले अदालत तो बगैर होर किधरे जाण दी इजाजत नहीं दिंदा। चल बैठ सीयत पूरी करांगा। उन्हें आख्या सी पैन दे हथां ते सगना दी मेहंदी अपने हथां नाल लाएं। मैंने ही ते मां ने तेरे सेरे दियां लड़ियां अपनी हथी परोन दी वसीयत कीती सी। Thank you.
ਭੈਣ ਨਾ ਵੀਰ ਨੂੰ ਸੇਰਾ ਬਣਿਆ ਵੀਰ ਨਾ ਭੈਣ ਦੀ ਡੋਲੀ ਚਾਈ ਮੇਰੀਆਂ ਅੱਖਾਂ ਤੋਂ ਹੱਲੇ ਆਉਂਦੀ ਐਡੀ ਕਾਲੀ ਕਿਉਂ ਕੀਤੀ ਉਹ ਮੇਰੀਏ ਭੈਣੇ ਮੈਂ ਤੇ ਤੇਰਾ ਮੂੰਹ ਵੇਖਣ ਲਈ ਕਾਨੂੰਨ ਤਵੀਜਾ ਪਾਇਆ ਉੱਠ ਵੇਖਦੇ ਸੀ ਜਿਹਨੂੰ ਸਿੰਦੇ ਖਾ ਵੇਖਦੀ ਸੀ ਅੱਜ ਉਹ ਤੇਰਾ ਵੀਰ ਇੱਥੇ ਚੱਤ ਗੜੀਆਂ ਪਾ ਕੇ ਤੇਰੀ ਕਮਰ ਤੇ ਆ ਖਲੋਤਾ ਸੀ ਸਬਰ ਕਰ ਸਜਾਵਲਾ ਸਬਰ ਨਾ ਕਰਦਾ ਤੇ ਮਰ ਨਾ ਜਾਂਦਾ ਨਾਰਾਜ਼ ਨਾ ਹੋਈ ਮੇਰੀਏ ਭੈਣੇ ਮੈਂ ਤੇਰੇ ਹੱਥਾਂ ਨੂੰ ਮਹਿੰਦੀ ਨਾਲ ਤੇ ਨਹੀਂ ਰੰਗ ਸਕਿਆ ਪਰ ਤੇਰੇ ਨਾਲ ਵਾਅਦਾ ਕਰਨਾ ਤੇਰੀ ਇਸ ਮਿੱਟੀ ਨੂੰ ਤੇਰੇ ਕਾਤਲ ਦੇ ਖੂਨ ਨਾਲ ਜ਼ਰੂਰ ਰੰਗ ਦਿਆਂਗਾ ਪੁਲਿਸ ਆ ਰਹੀ ਹੈ ਸਜਾਵਲਾ ਗੱਲ ਹੀ ਕੋਈ ਨਹੀਂ ਭੈਣ ਦੀ ਕਬਰ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ਤੋਂ ਪਹਿਲਾਂ ਮਾਤ ਵੀ ਮੇਰੇ ਨੇੜੇ ਨਹੀਂ ਆ ਸਕਦੀ ਮਾਂ ਅੱਜ ਪੁੱਤਰ ਦੇ ਵਾਅਦੇ ਦੀਆਂ ਸ਼ਰਮਾ
ਹੌਸਲਾ ਗਵਾ ਕਿਤਾਬ ਦੇ ਖਿਲਾਰ ਦੇ ਤੇ ਚੁਗੀਆਂ ਦੀ ਤਲਾਸ਼ੀ ਲਓ ਤੇਰਾ ਕੀ ਨਾਂ ਹੈ ਜਵਾਨਾ ਮੇਰਾ ਨਾਂ ਜੀ ਤਾਜੂ ਹੈ ਇਹ ਤੁਹਾਡਾ ਬੰਦਾ ਇਹ ਸਾਡਾ ਪ੍ਰਾਹੁਣਾ ਜਨਾਬ ਚੁੱਕੀਆਂ ਜੀ ਕੋਈ ਜਨਾਬ ਆਹ ਨਾਮ ਦੇ ਪਿੰਡ ਪਤਾ ਕਰੀਏ ਤੁਸੀਂ ਬਗੈਰ ਜਾਣ ਪਛਾਣ ਦੇ ਮੇਰੇ ਤੇ ਐਡਾ ਵੱਡਾ ਇਹਸਾਨ ਕਿਉਂ ਕੀਤਾ ਤੈਨੂੰ ਇੱਕ ਜਵਾਨ ਸੋਚ ਕੇ ਤੁਹਾਡੀ ਬੜੀ ਮਿਹਰਬਾਨੀ ਹੁਣ ਮੈਂ ਚੱਲਦਾ ਅਜੇ ਨਾ ਜਾ ਜਵਾਨਾ ਰਾਤ ਦੀ ਚਾਦਰ ਨੂੰ ਜ਼ਰਾ ਹੋਰ ਕਾਲੇ ਹੋ ਲੈਣ ਇੱਧਰ ਮੇਰੇ ਨਾਲ ਮੈਂ ਕਿਹਾ ਕੁਝ ਸੁਣਿਆ ਜੇ ਓਏ ਕੋਈ ਨਵੀਂ ਖਬਰ ਹੈ ਬਿਲਕੁਲ ਤਾਜ਼ੀ ਸਜਾਵਲ ਪੁਲਿਸ ਕੋਲੋਂ ਹੱਥ ਕੜੀਆਂ ਸਵੇਰ ਦੀ ਨੱਸ ਗਿਆ ਜੇ ਜੇ ਸਜਾਵਲ ਨੱਸ ਗਿਆ ਤਾਂ ਫਿਰ ਨਾਦਰ ਦੀ ਵੀ ਖੈਰ ਨਹੀਂ ਮੈਂ ਕਿਹਾ ਤੂੰ ਵੀ ਜ਼ਰਾ ਰਾਣੋ ਦੇ ਬਾਗ ਵੱਲ ਆਉਣਾ ਜਾਣਾ ਬੰਦ ਕਰ ਦੇ ਮੈਂ ਸਜਾਵਲ ਦੇ ਡਰ ਤੋਂ ਬਾਗ ਵਿੱਚ ਆਉਣਾ ਜਾਣਾ ਬੰਦ ਨਹੀਂ ਕਰਨਾ ਓਏ ਮੈਂ ਤੇ ਉੱਥੇ ਇਸ ਵਾਸਤੇ ਨਹੀਂ ਜਾਂਦਾ ਜਦੋਂ ਰਾਣੋ ਸਾਡੀ ਪਰਵਾਹ ਨਹੀਂ ਕਰਦੀ ਤਾਂ ਫਿਰ ਅਸੀਂ ਉਹਦੇ ਤੇ ਕਿਉਂ ਮਰੀਏ ਉਹ ਇਸ਼ਕ ਹੀ ਕਰਨਾ ਇੱਥੇ ਨਾ ਸੀ ਕਿਧਰੇ ਹੋਰ ਸਹੀ ਸਜਾਵਲ ਫੜਿਆ ਗਿਆ ਤੇ ਇੱਥੇ ਹੀ ਸਹੀ ਛੇਤੀ ਦੱਸ ਰਕਮਾਂ ਕਿਹੜੇ ਕਿਹੜੇ ਕੋਲੋਂ ਵਸੂਲ ਕਰਨੀਆਂ ਨੇ ਸਾਰਿਆਂ ਨੂੰ ਇੱਥੇ ਬੁਲਾਉਣਾ ਰਕਮਾਂ ਵਸੂਲ ਕਰਨੀਆਂ ਨੇ ਤੇ ਮੈਨੂੰ ਛੱਡ ਦੇ ਨਾ ਦੱਸ ਰਕਮਾਂ ਵਸੂਲ ਕਰਨ ਤੋਂ ਪਹਿਲਾਂ ਤੈਨੂੰ ਛੱਡ ਕੇ ਮੈਂ ਰਕਮਾਂ 'ਚ ਪਾਣੀ ਨਹੀਂ ਪਾਉਣਾ ਚਾਹੁੰਦਾ ਮੈਂ ਵੀ ਆਜ਼ਾਦ ਹੋਣ ਤੋਂ ਪਹਿਲੇ ਤੈਨੂੰ ਰਕਮਾਂ ਤੋਂ ਆ ਕੇ ਮਰਨਾ ਨਹੀਂ ਚਾਹੁੰਦਾ ਓਏ ਤੇਰਾ ਫਰਕ ਨਹੀਂ ਦੱਸੇਗਾ ਨਾਦਰ ਖਾਨ ਜੀ ਨਾਦਰ ਖਾਨ ਜੀ ਉਹ ਗੱਲ ਵੀ ਕਰ ਕੀ ਕਹਿਣਾ ਸੁਜਾਵਲ ਪੁਲਿਸ ਕੋਲੋਂ ਨੱਸ ਗਿਆ ਸੁਜਾਵਲ ਫਰਾਰ ਹੋ ਗਿਆ ਗਾਂਧੀ ਦਾ ਮੰਨੇ ਦਾ ਖਿਆਲ ਹੈ ਬਹੁਤ ਅੱਛਾ ਜੀ ਇਹ ਵੀ ਮੇਰੀ ਕਹਾਣੀ ਤੁਹਾਡੀ ਇਸ ਮਿਹਰਬਾਨੀ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲਾਂਗਾ ਜੇ ਤੁਸੀਂ ਮੇਰੀ ਮਦਦ ਨਾ ਕਰਦੇ ਤੇ ਮੈਂ ਭੈਣ ਦੇ ਕਤਲ ਦਾ ਬਦਲਾ ਲੈਣ ਦੀ ਬਜਾਏ ਜੇਲ ਦੀਆਂ ਕੰਧਾਂ ਵਿੱਚ ਰੁਲ ਰੁਲ ਕੇ ਮਰ ਜਾਣਾ ਸੀ ਐ ਲੈ ਵੀਰਾ ਇੱਕ ਬੇਗੁਨਾਹ ਕਾਤਲ ਦੀ ਮਾਤ ਵਿੱਚ ਮੇਰਾ ਵੀ ਹਿੱਸਾ ਪਾ ਲੈ ਤੇ ਐ ਲੈ ਗੋਲੀਆਂ ਉਸ ਜ਼ਾਲਮ ਦੇ ਸੀਨੇ 'ਚ ਪਰੋ ਦੇ ਇਸ ਭੈਣ ਦੀ ਡੋਲੀ ਕਦੋਂ ਤੋੜਨੀ ਹੋ ਈਦ ਦੇ ਚੰਦ ਦੀ ਪਹਿਲੀ ਜੁਮਰਾਤ ਜਿਉਂਦਾ ਰਿਹਾ ਤੇ ਜ਼ਰੂਰ ਆਵਾਂਗਾ ਨਾਦਰ ਕਿੱਥੇ ਮੈਨੂੰ ਨਾਦਰ ਦਾ ਨਹੀਂ ਪਤਾ ਪਰ ਜੇ ਤੂੰ ਮੈਨੂੰ ਖੋਲ ਦੇਵੇਂ ਤੇ ਮੈਂ ਤੈਨੂੰ ਆਕੂ ਦੇ ਡੇਰੇ ਤੇ ਲਿਜਾ ਸਕਦਾ ਕਿਹੜਾ ਆਕੂ ਆਕੂ ਰਾਜੇ ਜਿੰਦਿਆ ਜਿਹਨੇ ਤੇਰੀ ਭੈਣ ਦੇ ਸੀਨੇ 'ਚ ਪਹਿਲੇ ਵਰਛੀ ਮਾਰੀ ਸੀ ਨਾਦਰ ਨੇ ਤੇ ਬਾਅਦ 'ਚ ਗੋਲੀਆਂ ਮਾਰੀਆਂ ਸਨ ਨਾਦਰ ਦਾ ਸਿਰ ਲੈਣ ਤੋਂ ਪਹਿਲਾਂ ਹਾਕੂ ਦਾ ਸੀਨਾ ਛਾਨ ਨਹੀਂ ਕਰਾਂਗਾ
फटाफट खोलना की गल कर। मनिया आखू का डेरा अजे कितनी दूर है? अजे बड़ी दूर है सजावला, दरिया पार करके जंगल भी लंघना पड़ेगा, कल दोपहर तक पहुंचांगे। पक पता ही ना, वो जान पहचान वाले बंदे आ। ला फिर घोड़े नोटे खबर कर रहे। बहुत ही हमेशा आते इतने आ गए ने सर। हमेशा आते? कोई गल नहीं, क्लब के कुछ ऐसे राज भी ने जिड़े असी इंतजार नहीं किए, उन्होंने शराब के शबाब जिक्र करना चाहिए। मैं तुहाडे कहन तो पहले सब बंदोबस्त कर चुका सर। वेरी गुड। आ रूबी, तैनु इस क्लब के मालिक ना मिलावा। बोतल चो ते काफी पी ली है, हुण अपनी अखां दे प्याले च दो कुछ आ गए। आवे सुल्तान, तू कित्थे सैं? ऐ कौन है? ओही रूबी है जिदा जिक्र तुहाडे नाल मैं पिंड च कीता सी। रूबी, इस क्लब दे मालिक ने। तुहाडे नाल मिलके बड़ी खुशी हुई है। जिहड़ी खुशी मैनू, तुसी ओहदे नाल बहुत ज्यादा खूबसूरत तो जिन्ना मैं सुनिया। शुक्रिया। आज मेरी की ड्यूटी है मिस्टर सुल्तान? आज तू एयरपोर्ट पे जाना है, पांच लड़की बैरूतों आ रही है। ये बहुत ज्यादा बदमिजाज। हौली हौली ठीक हो जाएगी सर। चौकस ना, ना किधर धोखा ना देगा। सवाल ही पैदा नहीं होता बॉस, ऐसा भरा साढ़े को कैद है, भरा नाले नूं इन्ना प्यार है, ओदी जान बचाने की खातर साढ़े शारिया ते नच रही। जो ओहदा भरा साढ़े कोल कह दे ते फिर उन्हूं इन्ना सित नहीं चढ़ाना चाहिए। सिर ते सिर्फ ऐस करके चढ़ाया बॉस कि इहदे बगैर क्लब का कारोबार नहीं चल सकता। अच्छा हुण मैनूं इजाजत दिओ। एक गल याद रख, मेरे इत्थे आउण दा जवाब अपने खास आदमी जो किसे नूं पता नहीं लगना चाहिए। डोंट वरी सर, किसे नूं पता नहीं लगेगा। ओके। दसो जालमो, सानू किस गुना की सजा दे? असी गुना ते स्वाद का मतलब नहीं समझे मुंडिया, असी ते सिर्फ हुक्म दे गुलाम है। बाजी तुसी इन्हां दवा बादां नाल मिल के दुनिया नूं धोखा ना दिया कर। तेरी जिंदगी ते अपनी इज्जत बचा ले, इस तो सिवा होर कोई चारा नहीं मेरे अगला। बैठे हेर फेर करके जीन नालों से मर जाना ही था। मेरी जिंदगी के बदले तेनू आजादी मिलती होवे ते मैं मरण तो भी दरेख ना करा, पर इन्हां जालमां दे शिकंजे जाके ना ही मौत अपने अख्तियार च ते ना ही जीवना ही। तानू मेरे लिए जो कुछ करना पैंदा है वो मेरी बर्दाश्त तो बाहर है। खुदा दे वास्ते इन्हें बगैरतां दे चंगल चो निकल। तेनू मौत दे मुंह छड़ के किस तरह चली जावा मेरा वीरा? मेरे लिए तो जिंदगी मौत तो भी बदतर है। मैं ते तानू अपनी कमाई नाल व्याह के डोली विच पान दे ख्वाब देखा। ख्वाबा दी तासीर हमेशा उल्टी होंदी है मेरा वीरा। हेलो, यस सर, 5 बजे की फ्लाइट है। ओके सर। यार अख्तर, आज तो पिक्चर ते कल्ला ही चला जाए। तू किधर जा रहा है? यार मैंने ऑफिस तो टेलीफोन आया कि बैरूत तू आने वाली फ्लाइट ते हीरे स्मगल होके आ रहा है। फिर तो मैं भी तेरे नाल जावांगा। तू उठे जाके की करेगा? और यार ट्रेनिंग लांगा, क्योंकि इंटरव्यू तो मैंने ऐसे महकमे ही दिता है। चल फिर, तेनों ये ड्यूटी अलग लगन तो पहले मेरे नाल ही काम करना चाहिए। ओके। हेलो मिस रूबी। हेलो। की हाल है मिस रूबी? क्लब इतने आने की फुर्सत किस तरह मिल गई है?
मेरी सहेली आ रही है तो खातिर एयरपोर्ट से हाजिरी देनी पड़ेगी। वाह साहब बादल तेरा भी जवाब है, मैनू बाहर खड़ा करके ते आप इतने बैठा है, ये कोई शराफत है? आई एम वेरी सॉरी डियर। जा तेन माफ किया। थैंक यू। एक्सक्यूज मी मिस रूबी, ए मेरे दोस्त मिस्टर मिस्टर अख्तर ने थोड़े दिन हुए ने पिंडों शहर पहुंचे ते इन्हों का मेरे बगैर दिल बिल्कुल ही नहीं लगता। बड़ी खुशी हुई है तुहाडे नाल मिल के। शुक्रिया। बेटा चाय। अख्तर साहब तुम शहर तफरी वास्ते आए हो या स्टडी में? जी मैं तो इंज लगता मैं इतने कारा गिणना है, मेरे सियार में ना तो सैर का शौक है तो ना तफरी का, बल्कि चौबी घंटे अपने हिसाब किताब रहना। रोशन साहब तुम इन्होंने साढ़े क्लब लैके आओ, इन्होंने सारे गिले दूर। तजवीज अच्छी है, मेरा भी थोड़ा जहा बोझ हल्का हो जाएगा। अटेंशन प्लीज अटेंशन, बोइंग 707 फ्लाइट फ्रॉम बेरूत विच वॉज शेड्यूल्ड टू अराइव At 5 o'clock has landed at the airport. Bye, bye, bye. Bye, bye. Oh, तू कितने पहुंच गया है? Oh. मैडम मैं चेक योर बैग, आई एम पुलिस ऑफिसर। छड़ क्यों दिता रोशन यार, वो बैग तो मेकअप का सामान निकलिया, तू रूबी जाने तो नहीं देखा? नहीं यार, मैं शक पैंदा रूबी समगलों के किसी मुकामी गिरोह नाल तालुक रखती है। योजना सूरतों शक दिया नजर नहीं तकीदा रोशन, मेरा तो दिल करता मैं वाइफ क्लब जावा तेन जाके कह तुम मिलकर बड़ी खुशी हुई। होश कर अख्तर चल मेरे न। तू बड़ी होशियार लड़की, अलग तेरा इनाम। इन्हू कोल ही रखो जनाब, मैं दौलत के लालच वास्ते नहीं, मजबूरी की खातिर सब कुछ कर रही हूं। तेरी मजबूरी कटी जा सकती है, तू मेरी बन जा, मैं तेरे भरा आजाद कर देगा। इज्जत लुटा के भरा आजाद कराना होंदा ते वो इन्ना चिर कैद ना रहा? मेरी मन लवे बंगला भी ले देगा कार। होश कर ना दे। सुल्तान तू जा रूबी, ऐडा बेकाबू ना हो ना दिखा किधरे बनया बनया खेल ना बिगड़ जाए। मैं हर कीमत हासिल करना चाहता, एनु अपना बनाने लिए तेन कुछ दिन इंतजार करना पड़ेगा। एने एडी छेती किसी का बनना होंदा ते हुण तक मेरी बन गई होंगी। एदा मतलब यह होया कि तू ही इन्हू चाहना? चाहना सा, पर तेरे प्यार नु वेख के पिछा हट गया, असी यारां दे यार जो होए। अड़िए तकिया तो उन्हें पहली बार है, पर इंज लगता है जिमें पहले भी उन्हें मिल चुकी हूँ। मैंने तो लगता तेन उन्होंने प्यार हो गया। आहो अड़िए इंज लगता है। तो फिर रोशन कहना से क्यों ना लेंदा आवे? मेरा ख्याल है वो आप ही आवेगा। अच्छा आ गया तो फिर प्यार जरूर जता देनी सू। तुसी अजे तक तैयार नहीं हो? बाहर कोई नवा आदमी तो नहीं आया? मैं गौर नहीं किया, तुसी छेती आ जाओ। अच्छा Thank you.
दिल दा हाल लुकाउणा मैं तेरा साथ निभाउणा नहीं दिल दा हाल लुकाउणा मैं तेरा साथ निभाउणा सोहणिया वे मन ले तू मेरी जे इक वारी हां करे मैं तेरी सोहणिया वे मन ले तू मेरी जे इक वारी हां करे मैं तेरी पानी पी लिए सजावला तू पी ला मन्या मेरी प्यास ते हाकू दे लहू नाली बुझेगी घोड़े नू अड्डी मार के वागा टलिया छड़ दे मन्या कोई भैन किसे भरा नू कूकां भी मार जीए की गल है मुंडिया हाकू दा बल्ले मेरी भैन नु चुक के ले जाने ने खुदा दा वास्ते मेरी भैन नु बचा ले हाकू बस ओए जालिमा ओ किस गल दे मान ते मेंदा लहजा लाया सही से ओ मेरा नाम सुन के ते शेर भी जू छड़ जांदे ने ओ मैं तेरे नाल आडा नहीं सी लाया हाकू मैं तेरे कान तो पहले ही जुबान दे बैठा सा और मैं तेरी जुबान चक दिया ना तू अपनी मर्जी ना रिश्ता करके मेरे 10,000 की रकम से पानी भेज दिता ओए जे तू मेरे आखे लग के अपनी धी की बांह सरदार के हाथ फड़ा दे दो ते आज मेरे हाथ च हैंटर की बजाय नोटा के थप्पे होंगे ओए तू मेरा सौदा बिगाड़ के अपनी मां नू बाज मारी है अड्डी अत ना चुक आकू मेरी गैरत दा सौदा करन दा तन्नू कोई हक नहीं कोई हक नहीं मेरे हक ते तेरी गैरत दा तेनू हुणे ही पता लग जांदा मेरे बंदे तेरी धी नू उस पिंड नंगे सिर लैके आ रहे ने जिस पिंड डोली दे पर्दे च बैठ के गई सी सनेर तो पहला मैनू मार दे आकू सालवा सोनिया से पिंड से नुआ जनानिया ने सामने भी नहीं कुट लाती है तू कुंड की गल करना ओए जेड़ा साढ़े आखे ना लगे असि अली कतल ला दे पहला सरदार ने तीर ही आ गई सारे में पिंड विचों नंगे सिर निकल तो पहला तेनू मौत क्यों ला आई चाचा इना गालमा ने मैनू मरण की वेल भी नहीं दिती चाचा दादी जवान कुड़िया नु मरण की वेल ही कदी नहीं दिती बुटिया अज तू अपनी गैरत का तमाशा अपनी अखियों के सामने वेखेगा
ओए जुल्म दी हाथ ना टप्पे आकू जब पिउ दे सामने तीजी इज्जत नु हाथ पाया ते पिउ दी गैरत खुदा दा खैर बढ़ जाएगी ओए ओए आले सगला पाड़ खलतिया ए हाकू दा देना ए तो खुदा दा कर भी डाल के रख दे जवान ने सरदार का बुर्ज उल्टा आता जे अल्लाह के फजल ने पेंजा सवा दिता है खबरदार हथियार छोड़ दे ऐसा मरना भी मुहाल सी क्यों ये हाकू दी मुछ दा वाल सी ये साजू ते माजू जोड़ तोड़ दे बादशाह ने सजावला तू इन्हां नूं जानने मन्ने जान पछाण वाले बंदे आ ऐ जिहड़ा मोया पिया है ना गवर्नमेंट ने हाकू दे नाल एदा भी जिंदा मुर्दा फड़िया जान दा इनाम रखिया सी जे इहदा दसे ते फिर ए भी दस एवें जो होर केड़ा केड़ा इनाम वाला ऐ इनामों वाले ते ए दोवें सन जवाना असी ते ना इश्तियारियां ते ना खवारी ना सरकारी ते ना दरबारी ओ ठीक आ देने सजावला असल जालिम दो ही सन जालम दा साथ देन वाले भी जालम हुंदे ने मन्या असी मजबूर होके एदा साथ दे रहे सा जवाना साडे विचो कोई सूद खोर दे ब्याजां तो डर के इत्थे आ गया सी ते कोई झूठे रवाजां तो डर के ते कोई जालम समाजां तो डर के कोई मोटे टिड वाले साम्राज्यां तो डर के पता ते एथे लगा कि अमीर लोग एहो जे बदमाश इस करके रख दिस के साडे जे गरीबां दे उते जुलम करन जुलम नु खत्म करन लई सानू पहले अमीरां दीयां ड्योड़ियां दे कुत्तियां नु खत्म करना पएगा जे तुसी सचमुच मजलूम हो ते फिर खुदा नु हाजर नाजर जान के मेरे नाल वादा करो कि आज तो बाद ताडे हाथ किसे मजलूम दी गर्दन वाल नहीं जालिम दे गिरेबान वाल बदनगे ओए अल्लाह तेरे ऐद नु तोड़ निभावी पुत्रा ओ पुत्रा इन्हां नु खत्म कीता ही ते उन्हां नु भी मुका दे और जिन्हें दौलत दे उते जालिम जुल्म करदे रहे ने ਉਹਨਾਂ ਜ਼ਾਲਮਾਂ ਨੂੰ ਖਤਮ ਕਰਨ ਦਾ ਸਭ ਤੋਂ ਅੱਛਾ ਤਰੀਕਾ ਹੈ ਕਿ ਇਹਨਾਂ ਦੇ ਮਰਨ ਦੀ ਖਬਰ ਕੋਈ ਨਾ ਸੁਣੇ ਤੇ ਮੈਂ ਹਾਕੂ ਬਣ ਕੇ ਉਹਨਾਂ ਨੂੰ ਟੱਕਰ ਦਾਂ ਇਸ ਤਰ੍ਹਾਂ ਨਾ ਮੇਰੇ ਕਾਬੂ ਚ ਆ ਜਾਂਦਾ ਮਾਂ ਜੀ ਇਹ ਜ਼ਾਲਮ ਫਰੇਬਕਾਰੀ ਦੀ ਮਿੱਟੀ ਉਹਦੀਆਂ ਅੱਖਾਂ ਚ ਪੱਕੇ ਉਹਨੂੰ ਨਿਆ ਕਰ ਦਿੰਦੇ ਜੇ ਕਾਨੂੰਨ ਵੇਖ ਨਹੀਂ ਸਕਦਾ ਤੇ ਮਜ਼ਲੂਮਾਂ ਦੇ ਵਿੱਚ ਸੁਣ ਸਕਦਾ ਨਾ ਮੈਂ ਆਪ ਜਾ ਕੇ ਕਾਨੂੰਨ ਦਾ ਦਰਵਾਜ਼ਾ ਖੜਕਾਵਾਂਗੀ ਕਿ ਮੇਰਾ ਸਜਾਵਲ ਬੇਗੁਨਾਹ ਹੈ नहीं माँ जी मेरी भैन कानून ने नहीं उन्हें जालमा ने मर जोड़ा सुहाग का सुहा जोड़ा पवा के मैं अपनी भैन नू डोली च पाना सी उन्हें जालमा ने मौत का चिट्टा कफन पवा के मेरी भैन नू कब्र च बुझाते जब तक मैं अपने कपड़े उन्होंने लोग नाल सूए नहीं कर लंदा अपने हाथ कानून दे हवाले कभी नहीं करांगा कभी नहीं करांगा नहीं नहीं सजावला तैनू उन्हां जालमां दे खून च अपने हाथ रंगण दी की लोड़ है तब दी पढ़ाई किस दिन काम आएगी मैं उन्हों अज ही खत लिखनी हां ना मां जी उन खत ना लिखना मैं जो कुछ तैनू किया ओह कुछ ही करांगा
मैं नहीं चाहता वो परेशान हो, मैं उन्हें हमेशा खुश देखना चाहना। अच्छा हूं मैं चलना। आते ले सजावला, खबरें सवेर का कुछ खादा भी हो कि नहीं? नहीं मां जी, अजय मैं चाची ने भी मिलना। अच्छा रब राखा। रब राखा। हूं गल कर, तू ठीक कहना सही? मैं कहता तो तू भी ठीक सर, पर मैं अजे भी यकीन नहीं आ रहा कि रूबी जैसी लड़की समगलर साथ दे। तेन यकीन नहीं आ रहा तो फिर यह इन्फॉर्मेशन गलत है? समझ नहीं आती यार, पर मैं तो अखी वेखागा तो मनागा। तू सब मन जाएगा, मैं जरा दफ्तर रिपोर्ट दे के अंदाज से प्रोग्राम बनावा। वापस कि वे आएगा यार? मेरा कोई पता नहीं है, तू उस वक्त तक स्टडी कर। भाई आप स्टडी का कोई मूड नहीं। क्यों? अज तो आवारगी करन ते दिल करता। अच्छा जी, चंगा फिर खुदा हाफिज। खुदा हाफिज। रूबी इन्हें कपड़े बिल्कुल धोबन लगती, कम ही दरिया के कंडे तेरे। रूबी एल करंसी वाला बैग, शीला दे नाल दा बैग लैके दरिया वाले बार्डर से खलोती होगी। ए अंगूठी तुहाडे दोवां दा शनाख्ती निशान। इन्हू कह देना सी बैग खोल के हिंदुस्तानी नोट गिन लेंगे। समगलिंग का कारोबार इस बार से चल दिया नादर खान। कादरा तू मेरा पीछा कर। ओके बॉस। उदास दिन बहलाने वास्ते इस पास निकल आया। तबीयत ठीक है ना? तबीयत तो ठीक ही सी, पर तेनों इस रूप वेख के तबीयत बिल्कुल खराब हो गई। जे मैं पता होता तू समगलर के ग्रोह ना तलक रखनी, तो तेनों मिलके कदी ना कहता। सानू मिलके बड़ी खुशी हुई। मैं माफ कर दे। तेनों माफ कर दिया अपने मुल्क के दुश्मन, मैं तो तेरे तेरे साथियों का भी खात्मा करा। चल मेरे नाल। Thank you.
ਸਾਬਤ ਹੋਇਆ ਵੀ ਤੇਰਾ ਬਾਡੀਗਾਰਡ ਹੁਣ ਪੁਲਿਸ ਚੌਕੀ ਤੱਕ ਜਨਾਬ ਨੂੰ ਮੇਰੀ ਹਿਫਾਜ਼ਤ ਵਿੱਚ ਜਾਣਾ ਪੈਦਾ ਸਲਾਹ ਮੇਰੇ ਨਾਲ ਕਿਸੇ ਗਲਤ ਸਮੇਂ ਵਿੱਚ ਨਾ ਰਹੀ ਰੂਬੀ ਤੂੰ ਇਸ ਪਿਸਤੌਲ ਦੀਆਂ ਸਾਰੀਆਂ ਗੋਲੀਆਂ ਵੀ ਮੇਰੇ ਸੀਨੇ ਵਿੱਚ ਪਰੋ ਦੇ ਔਰ ਫਿਰ ਵੀ ਮੇਰੇ ਹੱਥੋਂ ਨਹੀਂ ਬਚ ਕੇ ਜਾ ਸਕਦੀ ਤੂੰ ਵੀ ਕਿਸੇ ਫੁੱਲ ਵਿੱਚ ਨਾ ਰਹੀ ਅਖਤਰ ਇਹ ਪਿਸਤੌਲ ਮੈਂ ਆਪਣੀ ਹਿਫਾਜ਼ਤ ਵਾਸਤੇ ਨਹੀਂ ਕੱਢਿਆ ਇਹ ਲੈ ਫੜ ਤੇ ਆਪਣੇ ਹੱਥੀ ਮੇਰਾ ਕਲੇਜਾ ਛੱਲੀ ਕਰ ਦੇ ਸੋਚਣਾ ਕੀ ਤੇਰੇ ਸਾਹਮਣੇ ਮੁਲਕ ਦੀ ਉਹ ਦੁਸ਼ਮਣ ਖਲੋਤੀ ਹੈ ਜਿਹੜੀ ਇੱਕ ਭਰਾ ਦੀ ਜ਼ਿੰਦਗੀ ਬਚਾਉਣ ਦੀ ਪੂਰੀ ਕੌਮ ਨਾਲ ਗਦਾਰੀ ਕਰਦੀ ਹੈ ਕਿੱਥੇ ਹੈ ਤੇਰਾ ਭਰਾ ਉਹਨਾਂ ਜ਼ਾਲਮਾਂ ਦੀ ਕਹਿਤੀ ਜਿਹੜੇ ਮਾਸੂਮ ਭਰਾ ਦੀ ਜ਼ਿੰਦਗੀ ਦਾ ਖਰਾਚ ਮਜਬੂਰ ਭੈਣ ਕੋਲੋਂ ਸਮਗਲਿੰਗ ਦੀ ਸੂਰਤ ਵਿੱਚ ਵਸੂਲ ਕਰ ਰਹੇ ਨੇ ਭਰਾ ਦੀ ਜ਼ਿੰਦਗੀ ਬਚਾਉਣ ਲਈ ਤੈਨੂੰ ਉਹਨਾਂ ਦੇ ਕਾਲੇ ਕਾਰੋਬਾਰ ਵਿੱਚ ਸ਼ਰੀਕ ਨਹੀਂ ਹੋਣਾ ਚਾਹੀਦਾ ਬਲਕਿ ਪੁਲਿਸ ਦੀ ਮਦਦ ਲੈਣੀ ਚਾਹੀਦੀ ਸੀ ਮੈਂ ਆਪਣੇ ਦੁੱਖਾਂ ਦੇ ਕਾਰਨ ਪੁਲਿਸ ਤੱਕ ਕਿਸ ਤਰ੍ਹਾਂ ਪਹੁੰਚਾਉਂਦੀ ਉਹਨਾਂ ਦਾ ਇੱਕ ਬੰਦਾ ਸਾਈ ਵਾਂਗੂ ਮੇਰੇ ਪਿੱਛੇ ਲੱਗਾ ਰਹਿੰਦਾ ਰੂਬੀ ਦਾ ਆਸ਼ਿਕ ਲੱਗਦਾ ਤੇਰੀ ਜਗ੍ਹਾ ਤੇ ਜੇ ਮੈਂ ਆਉਂਦਾ ਤੇ ਮੈਂ ਉਹਨੂੰ ਕਰ ਦੇਣਾ ਸੀ ਬੇਟਾ ਤੁਹਾਨੂੰ ਸਜ਼ਾ ਮਿਲਣਾ ਹੈ ਬੁਲਾ ਲੈ मतलब यह हो पुलिस से काबू भी नहीं आ सकता प्रिंट कर ठाकुर जाके कहो 1,00,000 रुपया ले सुजावल हमेशा लिखा तुम करते बहुत अच्छा जनाब सुल्तान रूबी के पिछे जा ਸਾਡੇ ਰਾਜ ਫਾਸ਼ ਨਾ ਕਰ ਉਹ ਸਾਡੇ ਰਾਜ ਕਦੀ ਨਹੀਂ ਦੱਸ ਸਕਦੀ ਇਸ ਲਈ ਕਿ ਉਹਨੂੰ ਮੇਰੀ ਤਾਕਤ ਦਾ ਚੰਗੀ ਤਰ੍ਹਾਂ ਪਤਾ ਬਦਮਾਸ਼ੀ ਡੰਡਾ ਦੀ ਨਹੀਂ ਅਕਲ ਦੀ ਖੇਡ ਇਹਨਾਂ ਕੰਮਾਂ ਲਈ ਔਰਤ ਨੂੰ ਰਵਾਨਾ ਕਰਨਾ ਸਾਡੀ ਅਕਲਮੰਦੀ ਦੀ ਦਲੀਲ ਨਾ ਦੱਸਾਂ ਜਿੰਦੜੇ
कसम खा रूबी, जो तू कह चुकी हो सच है। तेरी कसम अख्तर, हाली भी मेरे यकीन नहीं होया। यकीन तो मैं उदो ही आ गया सी जदों पिस्तौल दे नाल तू अपने मेरे हवाले कर दिता। इसे एवी इना चिक खांदा रे जा मैं इनके ना बोल। नाराज ना हो रूबी, आज ते तेरे नाल मिलके बड़ी खुशी हुई। अख्तर सानू वक्त जाया नहीं करना चाहिए रूबी, तू वापस जा, मैं रोशन मिलके क्लब से छापा मरवाने का बंदोबस्त करने। अजय क्लब से छापा ना मरवाइए अख्तर। ओ क्यों? क्लब से छापा उस दिन पहना चाहिए जो मुल्की तो गैर मुल्की सारे समगलर उससे जमा हुई। ठीक है, और सानू किस तरह पता लगेगा? इतला मैं देंगी। अच्छा बैग भी ना लेनी जा, छापा पैन तक उन्होंने तेरे से किसी किस्म का शुभा नहीं होना चाहिए। अच्छा खुदा हाफिज। खुदा हाफिज। रूबी ने बड़ी देर ला दी, तेन कुछ खतरा मालूम है? वैसे खतरे वाली तो कोई गल नहीं, अगर ऐसी वैसी गल हुई तो ना वह भरा जिंदा रहेगा तो ना युवा। सर लो इंडियन करेंसी वाला बैग। शाबाश, पर तू इन देर कितने लाई? मेरा मतलब से उस मुंडे को पैसे भरना मुश्किल हो गया सी। उन्हें तेरे नाल कुछ जाती तो नहीं? नहीं नहीं नहीं, मैं फिर मैंने दवादा करके डाल देता है, हूँ मैं जा सकती। हाँ तू जा सकती। सुल्तान आज तो रूबी ते पाबंदी लाती है, मैनू ये कुछ बदली बदली नजर आने। ओके सर। यार जवाब नहीं तेरा, रूबी नू उल्लू बना के तू बड़े ही अहम राज हासिल किए। ऐ गल ना कहो यार, ओदे प्यार ने तो मैंने एक नवी जिंदगी बख्शी है। होश कर अख्तर, एक आवारा लड़की दे प्यार चाह के अपनी जिंदगी बर्बाद ना करना। उन आवारा कह के मेरे दिल ते ठेस ना ला यार, वो तो एक ऐसी मजबूर ते बेबस लड़की जिन सहारा दे रहा एक इंसानी फर्ज है। तेन ओदे प्यार ते पूरा इतमाद है? प्यार दी इमारत इतमाद दिया बुनियादा तो बगैर तमीर नहीं हो सकती। रोशन सानू में की लगे तेरे प्यार नाल, सानू ते अपना उल्लू सीधा करना है। उस क्लब विच गैर मुल्की समगलरां दा इस्तेमाल कदों हो रहे? उन्हां दी इतलाह देना रूबी दी ड्यूटी है। जे तैनू ओहदे उत्ते पूरा ही इतमाद है ते फिर सानू क्लब ते छापा मारन लई ओहदी इतलाह दा इंतजार करना चाहीदा। समगलरां नू फड़न वास्ते उन्हां दा इंतजार करना जरूरी है। तू ठीक कहा, एवें छापा मारन नाल कई समगलर साफ बच जाणगे। बिल्कुल ठीक। हाकू ने जिड़ी जेल मजदूर किसाना और मजारे वास्ते बनाई, सजावल ने ओहदे चोर बदमाश लुचे और मेरे जे शरीफ आदमी समगलर का बादशाह बंद कर दिता। ਸਟਾਰੀ ਮੁਲਜ਼ਮਾਂ ਨੂੰ ਜੇਲ੍ਹ ਵਿੱਚ ਬੰਦ ਕਰਕੇ ਸਜਾਵਲ ਨੇ ਕੋਈ ਜਵਾਨ ਬੰਦਾ ਬਾਹਰ ਨਹੀਂ ਰਹਿਣ ਦਿੱਤਾ। ਆਪਣੇ ਆਪ ਨੇ ਜਵਾਨ ਨਾ ਕਹਾ ਕਿਹੜਿਆ, ਤੁਸੀਂ ਇਸ ਇਲਾਕੇ ਨੂੰ ਬਦਨਾਮ ਕਰਨ ਵਾਲੇ ਹੋ ਤੇ ਗਰੀਬਾਂ ਦਾ ਜੀਵਣਾ ਹਰਾਮ ਕਰਨ ਵਾਲੇ ਹੋ। ਮਸਲੂਮਾਂ ਨੂੰ ਬਦਨਾਮ ਕਰਨ ਵਾਲੇ ਹੋ ਤੇ ਜ਼ਾਲਮਾਂ ਨੂੰ ਸਲਾਮ ਕਰਨ ਵਾਲੇ, ਇਹ ਸਮਾਨ ਨੂੰ ਇਸਤੇਮਾਲ ਕਰਨ ਵਾਲੇ ਹੋ। ਮੈਂ ਦੁਬਾਰ ਲੈ ਜਾਣਾ ਗੰਗ ਨੂੰ ਖਿਵਾਏ रमजानपुर का बदमाश माजा हाकू नू मिलन आया सजावला। उन अंदर ही बुला लै। आ जा माजा। कल जाके मंजारे की जंज दकनी हाकू, लंबरदार ने 10,000 रुपया देना किया। जंज ते मैं जाना ही है, तू हाथ उतार कर लै, तेन अंदर डक दे। मन की कह रहा हाकू? हाकू नहीं सजावल। सजावल? आहो सजावल। समझ नहीं आती जाइयो देर भी हो गई। जंज दी अडेक ला दे सरदारा, बहुत बहुत दिल आखू का नाम सुन के उत्थे ही रुक गए नहीं। मैं ते कहना बादशाह का निकाह लंबरदार नाल ही कर रहा। बात तंग कर ओए, जे जंज ना आई ते एना मेल वाले नु बादशाह दे नाल मेरी लाश ही चुपड़ी दे। जिद ना कर सरदारा, बहुत देख लंबरदार भी आखू। हुण गल कर बालिया, डोली मेरे नाल टोरनी है या उस बुस दिन दा जिन्हें हाकू का नाम सुन के जंज रोक लईए? जे उन्हें जंज रोक ही लईए तो मैं भी अपनी बैंड नु डोली च पाउण दी थां कब्र च पाउण दी तैयारी कर बैठी। नंबरदारा ओए अड़िया ना कर, जे वोटी नु मेरे नाल ना टोरिया ते सारे डेरे नु अग लवा देवांगा। बंद बंद कर नंबरदारा, इन्हां वोटियां दे लाड़े जिंदे हो ओ कदी दूसरे दी डोली च नहीं पईआं। अशकईओ लाड़िया, ओ मेरा आ गया हाकू शेर, हुण गल कर। इन्हां दे बोलण तों पहलां मेरी गल सुन लै नंबरदारा। मैं तेरी गल समझना हाकू,
ਐ ਲੈ ਫੜ 10,000 ਰੁਪਈਆ ਓ ਮੈਂ ਨਹੀਂ ਇਹਨਾਂ ਨੂੰ ਦੇ ਦੇ ਇਹ ਨੰਬਰਦਾਰ ਵੱਲੋਂ ਨਿਉਂਦਰਾ ਹੈ ਓਏ ਕੀ ਗੱਲ ਕਰ ਰਿਹਾ ਹਾਕੂ ਚੁੱਪ ਕਰਕੇ ਮੇਲ ਵਿੱਚ ਬੈਠ ਜਾ ਨੰਬਰਦਾਰਾ ਡੋਲੀ ਨੂੰ ਮੋਢਾ ਦੇਣ ਤੋਂ ਪਹਿਲਾਂ ਤੈਨੂੰ ਧੀ ਦਾ ਪਿਓ ਬਣ ਕੇ ਨਿਕਾਹ ਦੇ ਕਾਗਜ਼ਾਂ ਤੇ ਅੰਗੂਠਾ ਵੀ ਲਾਉਣਾ ਪੈਣਾ ਓਏ ਨੰਬਰਦਾਰ ਤੇਰੇ ਸਾਥੀਆਂ ਨੂੰ ਇੱਧਰ ਉੱਧਰ ਨਾ ਆਉਣ ਦੇਣਾ ਉੱਠ ਪੈਣਾ ਮੈਂ ਤੈਨੂੰ ਆਪਣੇ ਹੱਥੀ ਡੋਲੀ 'ਚ ਪਾ ਗਿਆ ਜਵਾਬ ਦੇ ਦੂਟੇ ਜਿਹੜਾ ਖਰੇ ਸਾਡੇ ਦੇਸ਼ਾ ਉਹਦਾ ਬੰਦੇ ਹੀ ਲੱਖ ਜਿਹੜਾ ਕਰੇ ਹੁਣ ਉਹਦਾ ਕੱਢ ਦਈਏ ਵਾਹ ਬਈ ਵਾਹ ਲੋਟੇ ਪੀਰ ਨੂੰ ਤਾਂ ਗੱਲ ਨੀ ਕਰਨ ਦਿੱਤੀ ਇਸ ਬਜ਼ੁਰਗ ਮਲੂ ਹੁੰਦਾ ਬਈ ਹੋਰ ਕੋਈ ਸਵਾਲ ਪੁੱਛੋ ਲੋਟਿਆ ਉਹ ਸਵਾਲ ਤੇ ਮੈਂ ਕੀਤਾ ਹੀ ਨਹੀਂ ਪੁੱਛਣਾ ਚਾਹੁੰਦੇ ਉਹ ਤੇ ਜਵੇਦੀ ਕਰਨੀ ਵਾਲਾ ਤੇ ਤਾਂ ਜ਼ਮੀਨ ਦੀ ਧੁੰਨੀ ਕਿੱਥੇ ਜ਼ਮੀਨ ਦੀ ਧੁੰਨੀ ਹਾਂ ਧੁੰਨੀ ਛੱਡ ਦਈਏ ਹੋਰ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਚਕੋਦਰਿਆ ਅਸਮਾਨ ਦੇ ਤਾਰੇ ਕਿੰਨੇ ਨੇ ਅਸਮਾਨ ਦੇ ਤਾਰੇ 95 ਖਰਬ 86 ਅਰਬ 12 ਕਰੋੜ 93,000 420 ਹੁਣ ਤੂੰ ਦੱਸ ਤੇਰੇ ਸਿਰ ਦੇ ਵਾਲ ਕਿੰਨੇ ਨੇ ਹਾਂ ਜੇ ਗਲਤ ਦੱਸੇਗਾ ਤੇ ਮੈਂ ਨਾ ਭਾਈਜਾਨਾ ਦੇ ਸਾਹਮਣੇ ਫੁੱਟ ਕੇ ਗਿਣ ਲਾਂਗਾ ਠੀਕ ਹੈ ਠੀਕ ਹੈ ਤੂੰ ਇਹਨੂੰ ਫੜ ਕੇ ਓਏ ਓਏ ਚੁੱਪ ਕਿਉਂ ਕਰ ਕੇ ਆਇਆ ਬਾਬੀਲਾ ਜਵਾਬ ਦੇ ਪਿੰਡ ਵਾਲੇ ਪਿੰਡੋਂ ਬਾਹਰ ਕੱਢ ਦਿਓ ਨਹੀਂ ਤਾਂ ਇਸ ਪਿੰਡ ਵਿੱਚ ਬਹੁਤ ਵੱਡਾ ਭੂਚਾਲ ਆ ਜਾਏਗਾ ਤੁਹਾਡਾ ਖਾਨਾ ਖਰਾਬ ਹੋ ਜਾਏਗਾ ਕੱਢੋ ਇਹਨੂੰ ਕੱਢੋ ਇੱਧਰ ਆਏ ਲਹਿਰੀ ਦਿਆ ਪੁੱਤਰਾ ਤੂੰ ਕਿੱਧਰ ਤੁਰ ਪਿਆ ਮੇਰੇ ਲਈ ਕੀ ਹੁਕਮ ਹੈ ਸਰਕਾਰ ਤੈਨੂੰ ਸਾਡੇ ਵੱਲੋਂ ਇੱਕ ਅਮਰੇ ਅੱਖਰ ਅੱਖਰ ਨੇ ਜਨਾਬ ਪਹਿਲਾ ਅੱਖਰ ਦਾਲ ਦੂਜਾ ਅੱਖਰ ਤੇ ਤੀਜਾ ਅੱਖਰ ਇਹ ਤਾਂ ਦਿੱਤੂ ਬਣਦਾ ਜਨਾਬ ਤੇ ਮੈਂ ਕਦੋਂ ਕਹਿੰਦਾ ਕਪੀਤੂ ਬਣਦਾ ਓਏ ਪਾਗਲ ਦਿਆ ਪੁੱਤਰਾ ਛੇਤੀ ਇਹ ਕੰਮ ਕਰ ਗੁਜ਼ਰ ਨਹੀਂ ਤੇ ਯਾਦ ਰੱਖ ਪਸਮ ਹੋ ਜਾਏਗਾ ਪਸਮ ਹੋ ਜਾਊਗਾ ਹਾਂ ਪਸਮ ਹੋ ਜਾ ਪੀਰ ਹੋਰੀ ਕਿੱਧਰ ਗਏ ਨੀ ਚੱਲੀਏ ਉਹ ਝੂਠਾ ਪੀਰ ਸੀ ਅਸਲੀ ਪੀਰ ਹੋਰੀ ਤੇ ਆਇਆ ਨੀ ਤੋਬਾ ਤੋਬਾ ਜ਼ੁਲਮ ਖੁਦਾ ਦਾ ਝੂਠ ਇਹ ਤੇ ਦਬਖੜਾ ਪਾ ਪੀਰ ਹੈ ਤਿਆਰ ਹੋ ਜਾ ਮੈਂ ਕੋਈ ਖੂਹ ਚ ਉਤਰਨਾ ਹੈ ਜਿਹੜਾ ਵੀ ਨਵਾਂ ਪੀਰ ਆਂਦਾ ਹੈ ਪਹਿਲੇ ਅਜ਼ਮਾਇਸ਼ ਹੀ ਲੈਂਦਾ ਹੈ ਓਏ ਅਸੀਂ ਤੇਰੇ ਦਿਲ ਦੀ ਮੁਰਾਦ ਪੂਰਾ ਕਰਾਂਗੇ ਬਾਂਦਰੀਏ ਫੁਰਕਣਾ ਛੱਡ ਦੇ ਅੱਖਾਂ ਬੰਦ ਕਰ ਖੋਲ ਦੇ ਅੱਖਾਂ ਅੱਖਾਂ ਖੋਲ ਤੂੰ ਕਿਉਂ ਕੈਸਾ ਕੰਮ ਵਿਖਾਇਆ
ਉਹ ਝੂਠੇ ਪੀਰ ਨੂੰ ਨਸਾਇਆ ਕਿ ਨਹੀਂ? ਨਸਾਇਆ। ਮੰਨੀਏ ਕਿ ਨਹੀਂ? ਮੰਨ ਗਈ। ਹੱਥ ਮਿਲਾ ਫਿਰ। ਮੈਂ ਕਿਹਾ ਹੁਣ ਕੀ ਕਰੀਏ, ਕਿੱਥੇ ਚੱਲੀਏ? ਘਰ ਚੱਲੀਏ। ਤੇਰੇ ਪਾਗਲ ਭਰਾ ਦਾ ਕੀ ਬਣੇਗਾ, ਉਹਨੂੰ ਕਿਸ ਤਰ੍ਹਾਂ ਮਨਾਵਾਂ? ਉਹਨੂੰ ਵੀ ਨਸਾਇਆ। ਸ਼ੁਕਰ ਹੈ ਤੂੰ ਆਇਆ ਸਪਨਾ, ਤੈਨੂੰ ਉਡੀਕ ਉਡੀਕ ਕੇ ਤੇ ਮੇਰੀਆਂ ਅੱਖਾਂ ਵੀ ਥੱਕ ਗਈਆਂ। ਦਿਲ ਤੇ ਮੇਰਾ ਵੀ ਉਦਾਸ ਸੀ ਚਾਚਾ, ਕਦੀ ਕਦੀ ਆ ਜਾ, ਤੈਨੂੰ ਵੇਖ ਕੇ ਤੇ ਮੇਰੀ ਅੱਧੀ ਬਿਮਾਰੀ ਘਟ ਗਈ। ਨਾਲੇ ਹੁਣ ਆਪਣੀ ਅਮਾਨਤ ਨੂੰ ਲਿਜਾਣ ਦੀ ਵੀ ਤਿਆਰੀ ਕਰ, ਮੈਂ ਰਾਣੋ ਨੂੰ ਕਿੰਨਾ ਕੁ ਚਿਰ ਆਪਣੇ ਬੂਹੇ ਤੇ ਬਿਠਾ ਰੱਖਾਂਗਾ। ਤੂੰ ਠੀਕ ਕਹਿੰਦਾ ਚਾਚਾ, ਪਰ ਮੈਂ ਵੀ ਮਜਬੂਰ ਹਾਂ। ਮੈਂ ਜਦ ਤੱਕ ਭੈਣ ਦੇ ਕਤਲ ਦਾ ਬਦਲਾ ਨਹੀਂ ਲੈ ਲੈਂਦਾ, ਸਿਰੇ ਨਹੀਂ ਬਣਦਾ। ਅੱਲਾ ਤੈਨੂੰ ਬਦਲਾ ਲੈਣ ਦੀ ਤੌਫੀਕ ਦੇਵੇ ਪੁੱਤਰਾ। ਅੱਛਾ ਚਾਚਾ ਮੈਂ ਜਾਣਾ, ਮੈਨੂੰ ਬੜੀ ਕਾਹਲੀ ਹੈ। ਅੱਲਾ ਦੇ ਹਵਾਲੇ ਪੁੱਤਰਾ, ਅੱਲਾ ਦੇ ਹਵਾਲੇ। ਠਹਿਰ ਜਾ ਸਜਾਦਲਾ, ਮੈਂ ਤੇਰੇ ਨਾਲ ਕੁਝ ਗੱਲਾਂ ਕਰਾਂ। ਮੇਰੇ ਕੋਲ ਅਜੇ ਤੇਰੀਆਂ ਗੱਲਾਂ ਸੁਣਨ ਦੀ ਵੇਲ ਹੈ ਨਹੀਂ। ਬੱਲੇ ਵੇ, ਉਡੀਕ ਉਡੀਕ ਕੇ ਮੇਰੀਆਂ ਅੱਖਾਂ ਥੱਕ ਗਈਆਂ ਨੇ ਤੇ ਤੈਨੂੰ ਮੇਰੀ ਗੱਲ ਸੁਣਨ ਦੀ ਵੇਲ ਨਹੀਂ। ਮੇਰੇ ਆਉਣ ਦੀ ਉਡੀਕ ਨਾ ਰੱਖਿਆ ਕਰ, ਮੇਰੀ ਜ਼ਿੰਦਗੀ ਤੇ ਸ਼ਿਕਾਰੀਆਂ ਦੀ ਜੂ ਦੇ ਪੰਛੀ ਵਾਂਗੂ ਹੈ, ਹਰੇ ਕਿਸਲੇ ਮੌਤ ਆ ਜਾਏ। ਮੌਤ ਦਾ ਤੇ ਕਿਸੇ ਨੂੰ ਵੀ ਪਤਾ ਨਹੀਂ, ਪਰ ਜ਼ਿੰਦਗੀ ਆਸ ਤੋਂ ਬਗੈਰ ਨਹੀਂ ਗੁਜ਼ਰ ਸਕਦੀ। ਨਾ ਪੂਰੀ ਹੋਣ ਵਾਲੀ ਆਸ ਲਾ ਕੇ ਜ਼ਿੰਦਗੀ ਨੂੰ ਧੋਖਾ ਨਾ ਦੇ ਰਾਣੋ, ਜਿਹੜੀਆਂ ਖੁਸ਼ੀਆਂ ਤੂੰ ਮੇਰੇ ਕੋਲੋਂ ਮੰਗਣੀਆਂ ਉਹ ਮੈਂ ਤੈਨੂੰ ਨਹੀਂ ਦੇ ਸਕਦਾ। ਮੈਂ ਤੇਰੇ ਕੋਲੋਂ ਖੁਸ਼ੀਆਂ ਤੇ ਨਹੀਂ ਮੰਗਦੀ, ਮੈਂ ਤੇ ਤੇਰੇ ਦੁੱਖਾਂ ਦੀ ਹਿੱਸੇਦਾਰ ਬਣਨਾ ਚਾਹੁੰਦੀ ਹਾਂ। ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ। ਜਾਣ ਤੋਂ ਪਹਿਲਾਂ ਆਪਣੀ ਤਰੀਫ ਤੇ ਦੱਸਦਾ ਜਾ। ਜ਼ਿੰਦਗੀ ਭਰੋਸੇ ਵਾਲੀ ਚੀਜ਼ ਹੁੰਦੀ ਤੇ ਜ਼ਰੂਰ ਦੱਸ ਕੇ ਜਾਂਦਾ। ਅੱਲਾ ਅੱਲਾ ਬੇਟੀ। ਆ
छेती दसो आकू कितने मैं चेरे का सुना लैके आया। ओए ओ शेरा कौन है ओए। अच्छा तेरा नाम सुन के बड़ा बड़ा जवाना कलेजे कम जांदे। आ बैठ जा ओए। एठो तो सब तो वड्डा डरा भी तमाकू है। के समझने? बकवास ना कर। आकू ते शेरा अपने अपने इलाके दे शहंशाह ने ते वेले सिर एक दूजे दा कम आना ने। ओ ठीक आखे भी ठीक आखे। वाकई दोवें बम दे बंदे ने। ओ पर तू किस तरह आया माम दी ना? ओ मन्ने ओए जान दे हां। भामगढ़ वाला जगीरदार ओदा मजारे ने फटा पै गया। शेरे ने मजारे ने पिंडो बाहर कढ़ने लिए 20,000 रुपए खर्च ते फटाफट हाकू नु भेजने वाली गल कर। ओए हाकू जिसले भी आंदा है ओनु भेज देने आ। मैं जावा जा। ओ नहीं नहीं हाकू दे आन तक तैनु भी इत्थे रहना चाहिए। आ डेरे ते बैठ के ओनु उड़ीकिए। चलो चलो हाकू ने सानू इत्थे उड़ीकना सी छेरे आ। राजू माजू एन बंद कर दियो। मैनू बंद क्यों करन लगा हाकू? मेरा नाम हाकू नहीं सजावर। हाकू किसे अज रूबी चाहन वाला आवे तो जहर की पुड़ी काफी मिला के दी। जे वो काफी पीने तो कतरावे तो फिर पिस्तौल और जिंदा बच के नहीं जाना चाहिए। हेलो रूबी। हाँ हाँ मैं अक्सर बोल रहा। सारे स्मगलर आ रहे? ओ वेरी गुड। ओके ओके राशन रूबी का टेलीफोन सी।
वो कह रही है जो उस ग्रोह ना तलक रखने वाले सब मुल्की गैर मुल्की स्मगलर आज वाइट क्लब भी जमा हो रहे हैं। बड़ा लकी है यार, ड्यूटी लगते ही कुदरत ने तरक्की करने का चांस देता है। रोशन अज मैं रूबी ने उन्होंने कह रही चो आजाद करा रहा। रूबी का ख्याल देने चु कट दे अख्तर। वो क्यों रोशन? अज तू क्लब तफरी करने नहीं फर्ज अंजाम देने ले जा रहे हैं और तू पहले अख्तर नहीं रहा बल्कि एक जिम्मेदार पुलिस अफसर है। ठीक है मैंने हूं जल्द जाना चाहिए रोशन। हो सकता है टेलीफोन पे रूबी ने कोई खास गलना की थी। बिल्कुल ठीक है तू क्लब चल तो मैं दफ्तर। ओके जाने बारी कर भी आदमी आया सर वो कहता मैं तुहाडे बॉस नूं मिलना। मेरा ख्याल है कुछ स्मगलर होना है। वो रूबी दे आशिक नाल गल्लां करदे फिर वो जरूर खुफिया पुलिस का बंदा होगा। उन्होंने भी बच के नहीं जाना चाहिए। जा फिर रूबी नूं कह दे अज ऐसा नचे कि वेखण वालियां नूं अपना होश भी ना रहे। ओके बॉस। पूरे कर लीए बड़ा चे प्यार दी अब भी सड़ रहे हैं और भी आज प्यार दा पहला गीत गा के ऐस जंगल च मंगल बना दी। मेरी मान छड़ दे सुल्तान मैं तेरे नाल गल भी करना पसंद नहीं करती। ऐस वेले मेरे जज्बात दे सामने तेरी पसंद दी भी कोई कीमत नहीं। अपने दिल दी हसतां पूरियां करन लई तैनूं ऐसी जगह ते लै आवां जिथे तेरे साह भी मेरी मर्जी दे मुताज ने। वे रब दे दित्ते सामन अपनी मलकियत समझण वाले नमरूदा वे तेरे टपने साह भी तेरे बस विच नहीं। सामन दा मालिक तो रब है जिहड़ा बंदे नूं साथ रख दिंदा है। ज्यादा तकरार ना कर जिंदगी चाहनी है तो बगैर किसी हिलो चे मेरी आवाज आ जा। बिल्ले जरा स्टेन लेके आ।
ਲੱਸੀ ਨਾ ਆਏ ਨਹੀਂ ਤੇ ਗੋਲੀ ਮਾਰ ਦਿਆਂਗੇ। ਦੱਸ ਨਾਦਰ ਕਿੱਥੇ? ਮੈਨੂੰ ਕੋਈ ਨਹੀਂ ਪਤਾ। ਦੱਸ ਨਾਦਰ ਕਿੱਥੇ? ਮੈਨੂੰ ਨਹੀਂ ਪਤਾ। ਤੇਰਾ ਇਹਨਾਂ ਨਾਲ ਕੀ ਵਾਸਤਾ ਹੈ ਭੈਣਾ? ਤੂੰ ਰੋ ਕਿਉਂ ਪਈ? ਭੈਣ ਆਖ ਕੇ ਤੂੰ ਮੈਨੂੰ ਆਪਣਾ ਯਾਦ ਕਰਦੇ ਜ਼ਿੰਦਗੀ ਬਚਾਉਣ ਲਈ ਸ਼ਰੀਫ ਭੈਣ। ਤੂੰ ਨਾਦਰ ਨੂੰ ਤੇ ਜਾਣਦੀ ਹੋਈ? ਹਾਂ ਮੈਂ ਉਹਨੂੰ ਜਾਣਦੀ ਹਾਂ। ਤੈਨੂੰ ਉਹਦੇ ਠਿਕਾਣੇ ਦਾ ਵੀ ਪਤਾ ਹੋਏਗਾ? ਨਹੀਂ ਉਹਦੇ ਕਿਸੇ ਵੀ ਠਿਕਾਣੇ ਦਾ ਮੈਨੂੰ ਨਹੀਂ ਪਤਾ। ਚੱਲ ਫਿਰ ਨਾਦਰ ਦੇ ਲੱਭਣ ਤੋਂ ਪਹਿਲੇ ਮੈਂ ਤੈਨੂੰ ਤੇਰੇ ਘਰ ਛੱਡਾਵਾਂ। ਮੇਰਾ ਇਸ ਦੁਨੀਆਂ ਵਿੱਚ ਕੋਈ ਨਹੀਂ, ਇੱਕੋ ਇੱਕ ਭਰਾ ਸੀ, ਉਹ ਵੀ ਇਸ ਸਾਲਮ ਦੀ ਗੁਬਾਰ ਨਾਲ ਡਿੱਗ ਪਿਆ। ਅੱਲਾ ਕਰੇ ਜਿਉਂਦਾ ਹੋਵੇ। ਤੇਰਾ ਇੱਕੋ ਭਰਾ ਸੀ? ਆਹੋ ਵੀਰਾ। ਵੀਰ ਆਖੀ ਤੇ ਅਥਰੂ ਪੂੰਝਦਾ ਮੇਰੀ ਭੈਣ ਹੈ। ਅੱਜ ਤੋਂ ਤੂੰ ਸਜਾਵਲ ਦੀ ਭੈਣ ਹੈ, ਆ ਮੇਰੇ ਨਾਲ। ਸਲਾਮ ਚਾਚਾ ਜੀ। ਜਿਉਂਦਾ ਰਹੋ ਪੁੱਤਰ। ਇਹ ਕੌਣ? ਇਹ ਵਿਚਾਰੀ ਮਜ਼ਲੂਮ ਤੇ ਬੇਸਹਾਰਾ ਕੁੜੀ ਹੈ। ਇਸ ਦੁਨੀਆਂ 'ਚ ਇਹਦਾ ਕੋਈ ਅੰਗ ਸਾਖ ਨਹੀਂ ਤੇ ਮੈਂ ਭੈਣ ਬਣਾ ਕੇ ਇੱਥੇ ਲਿਆ। ਸਜਾਵਲ ਦੀ ਭੈਣ ਬਣ ਕੇ ਆਈ ਹੈ ਪੁੱਤਰ, ਤੇ ਚਾਚੇ ਦੇ ਘਰ ਵਿੱਚ ਸੰਗ ਕੇ ਨਾ ਖਲੋ। ਬਹਿ ਜਾ ਭੈਣਾ, ਤੁਸੀਂ ਕਿੰਨੇ ਚੰਗੇ ਲੋਕ ਹੋ। ਇਹ ਨਹੀਂ ਲੱਗਦਾ ਦੋਜ਼ਖ 'ਚ ਨਿਕਲ ਕੇ ਜੰਨਤ 'ਚ ਆ ਗਏ। ਮੇਰਾ ਵੀ ਤੁਹਾਡਾ ਕੀ ਲੱਗਦਾ? ਮੈਂ ਤੇਰੇ ਵੀਰ ਦੀ। ਅੱਛਾ ਅੱਛਾ ਸਮਝ ਗਈ ਹਾਂ, ਤੁਹਾਡਾ ਲਈ ਵਿਆਹ ਨਹੀਂ ਹੋਇਆ? ਵਿਆਹ? ਉਹਨੇ ਤੇ ਹਾਲੀ ਆਪਣੀ ਭੈਣ ਦੇ ਕਤਲ ਦਾ ਬਦਲਾ ਲੈਣਾ ਹੈ। ਕਿਹਦੇ ਕੋਲ ਬਦਲਾ ਲੈਣਾ? ਮੇਰੇ ਵੀਰ ਨੇ। ਨਾਦਰ ਕੋਲੋਂ। ਨਾਦਰ? ਉਹੀ ਨਾਦਰ ਹੋਵੇਗਾ। ਐਸ ਬੈਲ ਨੂੰ ਸੰਭਾਲ ਕੇ ਰੱਖ ਲੈ, ਇਹਦੇ 10 ਲੱਖ ਰੁਪਏ ਦੇ ਰਹੇ ਨੇ। ਉਹ ਬਈ ਭਾਵੇਂ 100 ਲੱਖ ਦੇ ਹੋਣ, ਤੇਰੀ ਅਮਾਨਤ। ਵਾਈ ਕਲੱਬ ਦੇ ਵਿੱਚੋਂ ਜਿਹੜਾ ਸਮਾਨ ਬਰਾਮਦ ਹੋਇਆ ਉਹਦੇ ਬਾਅਦ ਸ਼ਰਤ ਦੀ ਕੋਈ ਗੁੰਜਾਇਸ਼ ਨਹੀਂ। ਕਾਰੋਬਾਰ ਵੀ ਕਰਦਾ ਸੀ, ਮਿਲ ਦੇ ਡਾਕੇ 'ਚ ਵੀ ਉਦਾਸ ਸੀ, ਕਿਉਂਕਿ ਮਿਲ ਦੇ ਵਿੱਚ ਇਸਤੇਮਾਲ ਹੋਣ ਵਾਲਾ ਅਸਲਾ ਇਸੇ ਹਿਸਾਬ ਦਾ ਸੀ। ਸਰ ਹੈਂਕਰ ਲੈ ਕੇ ਟਾਈਮ ਵੀ ਗੈਰ ਮੁਲਕੀ ਸਨ। ਮੇਰਾ ਖਿਆਲ ਹੈ ਨਾਦਰ ਖਾਨ ਵੀ ਗੈਰ ਮੁਲਕੀ ਏਜੰਟਾਂ ਨਾਲ ਸਾਥ ਬਾਦ ਵੀ ਸੀ, ਇਸ ਵਾਸਤੇ ਉਹਨੂੰ ਗ੍ਰਿਫਤਾਰ ਕਰਨਾ ਅੱਛਾ ਜ਼ਰੂਰੀ। ਤੁਸੀਂ ਉਹਦਾ ਪਤਾ ਤੇ ਸਾਥੀ ਸੁਲਤਾਨ ਕੋਲੋਂ ਲੈ ਕੇ ਉਹਨੂੰ ਗ੍ਰਿਫਤਾਰ ਕਰ ਸਕਦੇ ਹੋ। ਸੁਲਤਾਨ ਦੇ ਹਸਪੀਟਲ ਦੇ ਬੇਹੋਸ਼ ਸਰ। ਤੁਸੀਂ ਫੌਰਨ ਹਸਪਤਾਲ ਜਾਓ ਔਰ ਉਹਦੇ ਕੋਲੋਂ ਉਹਦਾ ਪਤਾ ਲੈ ਕੇ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੋ। ਔਰ ਹਾਂ, ਇਸ ਸਿਲਸਿਲੇ ਦੇ ਵਿੱਚ ਤੁਸੀਂ ਉਸਮਾਨਾ ਮਾਫਵਾ ਕਾਦਰ ਨੂੰ ਵੀ ਇਸਤੇਮਾਲ ਕਰ ਸਕਦੇ ਹੋ। ਰਾਈਟ ਸਰ। ਸਿਸਟਰ ਇਹਨੂੰ ਕਦੋਂ ਤੱਕ ਪਹੁੰਚਾ ਜਾਏਗਾ? ਫਿਲਹਾਲ ਇਹਨਾਂ ਬਾਰੇ ਕੁਛ ਨਹੀਂ ਕਹਿ ਸਕਦਾ। ਤੂੰ ਤੇ ਠੀਕ ਠਾਕ ਹੈ ਨਾ ਹਾਜ਼ਰ? ਮੈਂ ਤੇ ਠੀਕ ਹਾਂ, ਮੇਰੀ ਬਾਜੀ ਨੂੰ ਕਿੱਥੇ ਲੈ ਗਏ ਨੇ? ਜਿਹੜੇ ਰਸਤੇ ਸੁਲਤਾਨ ਨੂੰ ਗ੍ਰਿਫਤਾਰ ਕੀਤਾ ਸੀ ਉਹ ਰਸਤਾ ਸਾਡੇ ਪਿੰਡ ਵੱਲ ਜਾਂਦਾ। ਮੇਰਾ ਖਿਆਲ ਹੈ ਰੂਬੀ ਨੂੰ ਉਸੇ ਪਾਸੇ ਲੈ ਗਏ। ਫਿਰ ਮੈਂ ਇੱਥੇ ਠਹਿਰਾਂ, ਤੂੰ ਉੱਧਰ ਦਾ ਰੁੱਕ, ਹੋ ਸਕਦਾ ਕੋਈ ਖੋਜ ਲੱਗ ਜਾਏ। ਮੇਰੀ ਬਾਜੀ ਦਾ ਪਤਾ ਜ਼ਰੂਰ ਲਿਆਣਾ ਭਾਈ ਜਾਨ। ਤੂੰ ਫਿਕਰ ਨਾ ਕਰ ਖਾਲਕ, ਉਹ ਬਦਮਾਸ਼ ਸਾਡੇ ਕੋਲ ਬਚ ਕੇ ਨਹੀਂ ਜਾ ਸਕਦੇ। ਅੱਛਾ ਖੁਦਾ ਖੁਦਾ। ਬਸ ਕਰੋ ਮਾਂ ਜੀ, ਸਜਾਵਲ ਦੀ ਗੱਲ ਨੂੰ ਕਿਤੇ ਮੇਰਾ ਕਲੇਜਾ ਚਿਰਿਆ ਗਿਆ। ਜੇ ਤੁਸੀਂ ਉਹਦੇ ਬਾਰੇ ਮੈਨੂੰ ਹੱਥ ਲਿਖ ਦਿੰਦੇ ਤੇ ਮੈਂ ਹੁਣ ਕਦੇ ਵੀ ਡਾਕੂ ਨਾ ਬਣ ਦਿੰਦਾ। ਹੱਥ ਲਿਖਣ ਤੋਂ ਤੇ ਉਹਨੇ ਮੈਨੂੰ ਆਪ ਹੀ ਮਨਾ ਕੀਤਾ ਸੀ ਪੁੱਤਰਾ, ਉਹਨੂੰ ਤੇਰੀ ਪੜ੍ਹਾਈ ਦਾ ਬੜਾ ਹੀ ਖਿਆਲ ਸੀ, ਤੇਰੀ ਕਾਮਯਾਬੀ ਦਾ ਸੁਣ ਕੇ ਬੜਾ ਹੀ ਖੁਸ਼ ਹੋਵੇਗਾ। ਉਹ ਤੇ ਖੁਸ਼ ਹੋਵੇਗਾ ਪਰ ਮੇਰੇ ਦਿਲ ਤੇ ਬੜੀ ਸੱਟ ਵੱਜੀ ਹੈ। ਮੈਨੂੰ ਕੀ ਪਤਾ ਸੀ ਜਿਨ੍ਹਾਂ ਕਾਨੂੰਨ ਦੇ ਦੁਸ਼ਮਣਾਂ ਨੂੰ ਗ੍ਰਿਫਤਾਰ ਕਰਨਾ ਮੇਰਾ ਫਰਜ਼ ਬਣ ਜਾਏਗਾ, ਉਹਨਾਂ ਵਿੱਚ ਮੇਰਾ ਜਿਗਰੀ ਯਾਰ ਵੀ ਸ਼ਾਮਿਲ ਹੋ ਜਾਏਗਾ। ਤੂੰ ਸਜਾਵਲ ਨੂੰ ਗ੍ਰਿਫਤਾਰ ਕਰੇਗਾ ਅਖਤਰ? ਐਸੇ ਹੀ ਅਜ਼ਮਾਇਸ਼ ਵਿੱਚੋਂ ਲੰਘਣਾ ਤੇ ਮਨ ਮੁਸ਼ਕਿਲ ਨਜ਼ਰ ਆ ਰਿਹਾ ਮਾਂ ਜੀ, ਇੱਕ ਪਾਸੇ ਫਰਜ਼ ਹੈ ਤੇ ਦੂਸਰੇ ਪਾਸੇ ਜਰਾਨਾ। ਸਜਾਵਲ ਤੇਰਾ ਭਰਾਵਾਂ ਵਰਗਾ ਯਾਰ ਹੈ ਪੁੱਤਰਾ। ਸਜਾਵਲ ਮੇਰਾ ਸੱਕਾ ਭਰਾ ਹੁੰਦਾ ਤੇ ਉਹਨੂੰ ਗ੍ਰਿਫਤਾਰ ਕਰਨਾ ਐਡੇ ਦੁੱਖ ਵਾਲੀ ਗੱਲ ਹੀ ਸੀ ਮਾਂ। ਦੁੱਖ ਤੇ ਇਸ ਗੱਲ ਦਾ, ਜਰਾਨੇ ਦਾ ਰਿਸ਼ਤਾ ਖੂਨ ਦੇ ਰਿਸ਼ਤੇ ਨਾਲੋਂ ਜ਼ਿਆਦਾ ਨਾਜ਼ੁਕ ਹੁੰਦਾ ਪਰ ਫਰਜ਼ ਕਿਸੇ ਰਿਸ਼ਤੇ ਦੀ ਪਰਵਾਹ ਨਹੀਂ ਕਰਦਾ। ਤੇ ਫਰਜ਼ ਤੇ ਆਪਾ ਤੇ ਪਿਆਰਿਆ, ਜਿਹੜੇ ਯਾਰ ਨੂੰ ਗ੍ਰਿਫਤਾਰ ਕਰਨਾ ਤੂੰ ਆਪਣਾ ਫਰਜ਼ ਬਣਾ ਲਿਆ, ਤੇ ਉਹ ਤੇ ਗੈਰਾਂ ਦੀ ਇੱਜ਼ਤਾਂ ਨੂੰ ਬਚਾਉਣਾ ਆਪਣਾ ਫਰਜ਼ ਸਮਝਦਾ ਹੈ, ਤੇ ਉਹ ਤੇ ਐਡਾ ਕਰਮਾਂ ਵਾਲਾ ਹੈ ਜਿਹਨੇ ਕੱਲ ਰਾਹ ਜਾਂਦੇ ਬਦਮਾਸ਼ਾਂ ਕੋਲ ਇੱਕ ਕੁੜੀ ਦੀ ਇੱਜ਼ਤ ਬਚਾਈ ਹੈ ਤੇ ਉਹਨੂੰ ਭੈਣ ਬਣਾ ਕੇ ਚਾਚੇ ਕੋਲ ਛੱਡ ਗਿਆ।
सजावल ने बदमाशा को कुड़ी दी इज्जत बचाई कितने रूबी ना हो आहो पुत्र ओदा ना रूबी उसे दी तलाश विच मैं इत्थे पहुंचे मां तू फिक्र ना कर तेरे भरा खालद नू मेरा भरा अख्तर जरूर तलाश कर लेगा रब करे तेरा भरा उही अख्तर होवे जिदी मैनू उड़ी के जिहड़िया निशानियां तू दसनी है ना वो ते मेरे पा अख्तर दी ने रूबी तू ओदी फिक्र ना करो बिल्कुल ठीक ठाक है जे मैं पता होंदा तू इत्थे मैं उन्हूं नाल ही लै आंदा तू सुना भाभी तेरा की हाल है ते नाले सजावल कित्थे वे भाईजान कल आंगे ते नाले उन्हां नूं कहना कि मेरी भाभी ने हुण व्याह के लै जा जरूर कहांगा भाभी ते शर्मा ही गई है खालिद नूं कदों लैणा जे ना हुण शहरों लै के आना सजावल शादी तो इनकार नहीं करेंगे तू मैंने आपे किया सी ना कि उन्होंने अख्तर की गल कदी नहीं मोड़ी वैसे अख्तर की गल सजावल ने कभी टाली तो नहीं ते फिर छेती छेती शगना का जोड़ा पाने तैयार हो जा मैं क्या जनाब पहले तू तैयार हो जा अपनी शादी तो पहले मैं तेरा डोला छोड़ा शहर में बड़ा जरूरी काम पै गया उथे रूबी का भरा मेरा इंतजार करता होगा अच्छा खुदा हाफिज अख्तर हाथ उत्ते कर ला उस सजावला एक ही कह रहे अख्तर जो मेरा फर्ज मेरे को कुआ रहा तेरी बेहतरी ऐसे विचे तू अपने आप नू कानून दे हवाले कर दे मैं अपने आप नू कानून दे हवाले जरूर करांगा पर अपना फर्ज पूरा करके चोरी डाके दे लुट मार नू फर्ज दा ना देखे तू मैनू धोखा नहीं दे सकता अपने आप को गिरफ्तार होने तैयार कर ले जब तक मैं अपनी भैन के कत्ल का बदला नहीं ले लेंदा जा अपना रिवाल्वर फड़ ले
सुल्तान सुल्तान कादरी तू असी इस वेले कितने हाँ फिकर ना कर सुल्तान ये मेरे एक दोस्त का घर है सुल्तान नादर की थी नादर इस वेले जलालपुर जलाल दे डेरे ते गया है खैर ते रहे कादरिया नादर का पता लगा रोशन आहो तेरे पिंड जलाल दे डेरे ते गया है रूबी भी जलालपुरी है तू रूबी दे भरा खाले तू लैके उत्थे पहुंच मैं पुलिस का बंदोबस्त करके उत्थे पहुंचना ठीक है बाजी खालिद रूबी सजाव लगे नहीं आया वो आनी वाली है हम आजाद हो जावांगे बाजी भाईजान अख्तर जलाल दे डेरे तो नादर नू गिरफ्तार करना आए ने अच्छा खालिद सजावन सजावन ਬਰਦਾਨ ਨੇ ਸਾਡਾ ਤੇ ਪਾਈ ਦਿੱਤਾ ਪਰ ਸਜਾਵਲ ਫਿਰ ਵੀ ਬਚ ਗਿਆ ਓਏ ਹੁਣ ਜਿੱਥੇ ਮਰਜ਼ੀ ਜਾਏ ਮੈਨੂੰ ਕੋਈ ਪਰਵਾਹ ਨਹੀਂ ਮੈਂ ਤਾਂ ਅੱਜ ਬਾਰਡਰ ਕ੍ਰਾਸ ਕਰ ਹੀ ਜਾਣਾ ਤੂੰ ਮੈਨੂੰ ਛੇਤੀ ਨਾ ਹੀਰਿਆਂ ਵਾਲਾ ਬੈਗ ਦੇ ਮੈਂ ਜਾਣਾ ਚਾਹੁੰਦਾ ਓਏ ਐਡੀ ਪਸੂੜੀ ਹੀਰਿਆਂ ਵਾਲਾ ਬੈਗ ਨਾ ਲੈ ਕੇ ਜਾਣ ਨਾਦਰ ਖਾਂ ਓਏ ਉਹ ਤੇਰੀ ਸਾਡੇ ਕੋਲ ਅਮਾਨਤ ਹੈ ਸੋਰੀ ਸਾਹਿਬ ਸਾਡੇ ਡੇਰੇ ਦੇ ਪੁਲਿਸ ਆ ਰਹੀ ਇਸ ਤਹਿਖਾਨੇ ਦੇ ਬੂਹੇ ਦਾ ਪੁਲਿਸ ਨੂੰ ਕਦੀ ਪਤਾ ਨਹੀਂ ਲੱਗ ਸਕਦਾ ਤੂੰ ਫਟਾਫਟ ਇੱਥੋਂ ਬਾਹਰ ਨਿਕਲ ਜਾ ਤੂੰ ਯਾਰ ਮੈਨੂੰ ਛੇਤੀ ਨਾਲ ਬੈਗ ਦੇ ਦੇ ਮੈਂ ਪੁਲਿਸ ਦੇ ਆਉਣ ਤੋਂ ਪਹਿਲਾਂ ਇਸੇ ਰਸਤੇ ਬਾਹਰ ਨਿਕਲ ਜਾਊਂ ਜਾਣ ਦੀ ਐਡੀ ਕੱਲ੍ਹ ਹੀ ਤੂੰ ਬੈਗ ਤੈਨੂੰ ਇੱਥੇ ਹੀ ਛੱਡਣਾ ਪਏਗਾ ਉਹ ਕੁਛ ਸ਼ਰਮ ਕਰ ਜਲਾਲ ਯਾਰ ਦੇ ਮਾਲ ਤੇ ਬੇਈਮਾਨ ਹੋਈ ਜਾ ਰਹੇ ਓਏ ਤੂੰ ਨੇ ਤੇ ਯਾਰ ਨੂੰ ਪੁਲਿਸ ਪਵਾ ਕੇ ਟੁੱਟ ਲਿਆ ਨਾਦਰ ਖਾਂ ਯਾਰ ਜਿਹੜਾ ਛੇਤੀ ਨਾਲ ਬੈਗ ਦੇ ਦੇ ਓਏ ਮੈਂ ਕਹਿੰਦਾ ਇੱਥੋਂ ਫੁੱਟਣ ਵਾਲੀ ਗੱਲ ਕਰ ਖਲੇ ਖਲੋ ਤੈਨੂੰ ਜ਼ਮੀਨ ਵਿੱਚ ਕਰ ਦੇਣ ਵਾਲੀ ਇਹ ਗੱਲ ਹੈ ਫਿਰ ਮੈਂ ਤੇਰੇ ਨਾਲ ਨਿਬੜ ਕੇ ਜਾਗਾ ਦੋਸਤਾ ਤੂੰ ਤੇ ਮੈਨੂੰ ਖਲੇ ਖਲੋਤ ਨੂੰ ਜ਼ਮੀਨ 'ਚ ਨਹੀਂ ਸਾ ਕੱਢ ਸਕਿਆ ਪਰ ਇਹ ਟਾਈਮ ਬੰਬ ਤੈਨੂੰ ਵੱਜੇ ਵਜਾਇਆ ਨੂੰ ਜ਼ਮੀਨ 'ਚ ਕੱਢ ਦੇਗਾ ਕੁਛ ਪੰਜਾਂ ਮਿੰਟਾਂ ਬਾਅਦ ਫਿਕਰ ਦੀ ਕੋਈ ਲੋੜ ਨਹੀਂ ਮੇਰੇ ਖਿਆਲ ਹੈ ਹੁਣ ਤੇਰੀ ਅਕਲ 'ਚ ਆ ਗਿਆ ਹੋਵੇਗਾ ਕਿ ਬਦਮਾਸ਼ੀ ਡੰਡਾ ਦੇ ਨਹੀਂ ਅਕਲ ਦੀ ਖੇਡ ਇਹ ਤਾਂ ਸਜਾਵਲ ਤਾਂ ਨਹੀਂ ਆਇਆ ਮੈਂ ਕਿਸੇ ਸਜਾਵਲ ਨੂੰ ਨਹੀਂ ਜਾਣਦਾ ਦਰਵਾਜ਼ਾ ਥੋੜ ਦੀ ਖੜਕਾ ਨਾ ਤੇ ਅੰਦਰ ਹੀ ਹੋਏਗਾ ਨਾਦਰ
ਲਾ। ਮੇਰੇ ਹੱਥਾਂ ਵਿੱਚ ਹੱਥ ਕੜੀਆਂ ਪਾ ਲੈ ਬੇਲੀਆ, ਭੈਣ ਦੀ ਕਬਰ ਨਾਲ ਕੀਤਾ ਆ ਵਾਅਦਾ ਪੂਰਾ ਹੋ ਗਿਆ। ਹੁਣ ਕਾਨੂੰਨ ਜੋ ਵੀ ਸਜ਼ਾ ਦੇਗਾ ਮੈਂ ਖੁਸ਼ੀ ਨਾਲ ਕਬੂਲ ਕਰ ਲਵਾਂਗਾ। ਖੁਸ਼ੀ ਨਾਲ ਸਜਾਵਲਾ, ਉਹਦੀ ਹਾਲਤ ਬੜੀ ਖਰਾਬ ਹੈ, ਜਲਦੀ ਨਾਲ ਲੈ ਚਲੋ। ਸਜਾਵਲ ਦੇ ਜਲਾਲਪੁਰ ਜਾਣ ਤੋਂ ਲੈ ਕੇ ਅਦਾਲਤ ਵਿੱਚ ਹਾਜ਼ਰ ਹੋਣ ਤੱਕ ਜੋ ਕੁਝ ਮੈਂ ਆਪਣੀ ਅੱਖਾਂ ਨਾਲ ਵੇਖਿਆ, ਆਪਣੇ ਇਮਾਨ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਸੱਚ ਕਹਿ ਦਿੱਤਾ ਜਨਾਬ ਆਲੀ। ਜਿਸ ਰਾਤ ਭੈਣ ਨੂਰਾਂ ਨੂੰ ਸ਼ਾਮਕੋਟ ਵਿੱਚ ਕਤਲ ਕੀਤਾ ਗਿਆ ਸੀ, ਉਸ ਰਾਤ ਸਜਾਵਲ ਮੇਰੇ ਕੋਲ ਜਲਾਲਪੁਰ ਸੀ ਆਲੀ ਜਾ। ਕੋਲ ਹਾਸਲ ਕੀਤਾ ਸਨ ਜਨਾਬ ਆਲੀ। ਐਨੀ ਗਵਾਹਾਂ ਦੇ ਬਿਆਨਾਤ ਤੇ ਵਕੀਲ ਸਾਹਿਬਾਨ ਦੀ ਬਹਿਸ ਔਰ ਤਖਮੀਸ ਦੇ ਬਾਅਦ ਜਿਹੜੇ ਹਕਾਇਕ ਮੰਜ਼ਰੇ ਆਮ ਤੇ ਆਏ ਨੇ, ਉਹਨਾਂ ਦੀ ਰੋਸ਼ਨੀ ਦੇ ਵਿੱਚ ਮਕਤੂਲਾ ਨੂਰਾਂ ਔਰ ਰਹਿਮੇ ਦੇ ਕਾਤਿਲ ਨਾਦਰ ਖਾਨ ਔਰ ਹਾਕੂ ਕਰਾਰ ਦਿੱਤੇ ਗਏ ਨੇ, ਤੇ ਜਲਾਲ ਔਰ ਨਾਦਰ ਦੀ ਮੌਤ ਦਾ ਸਬਬ ਟਾਈਮ ਬੰਬ ਹੈ। ਇਸ ਤੋਂ ਇਲਾਵਾ ਮੁਲਜ਼ਮ ਸਜਾਵਲ ਤੇ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋਣ ਦਾ ਜੁਰਮ ਵੀ ਸਾਬਿਤ ਹੋ ਚੁੱਕਾ ਹੈ, ਜਿਸ ਦੀ ਸਜ਼ਾ ਨਾਕਾਬਲੇ ਮੌਤ ਹੈ। ਕਿਉਂਕਿ ਸਜਾਵਲ ਨੇ ਸਮਾਜ ਦੁਸ਼ਮਣ ਅਨਾਸਰ ਨੂੰ ਖਤਮ ਕਰਨ ਦੇ ਵਿੱਚ ਹਕੂਮਤ ਦੀ ਬੜੀ ਮਦਦ ਕੀਤੀ ਹੈ, ਇਸ ਵਾਸਤੇ ਇਹਦੀ ਅਸਲ ਸਜ਼ਾ ਦੇ ਵਿੱਚ ਕਮੀ ਕਰਕੇ ਇਸ ਨੂੰ 6 ਮਾਹ ਕੈਦ ਬਾ ਮੁਸ਼ਕਤ ਦਾ ਹੁਕਮ ਸਾਦਰ ਕੀਤਾ ਜਾਂਦਾ ਹੈ। ਪੁੱਤਰ ਰਾਣੋ, ਅੱਜ ਸਜਾਵਲ ਦੀ ਰਿਹਾਈ ਹੈ, ਛੇਤੀ ਛੇਤੀ ਸ਼ਗਨਾਂ ਦਾ ਜੋੜਾ ਪਾਉਣ ਲਈ ਤਿਆਰ ਹੋ ਜਾ। ਮੈਂ ਕਿਹਾ ਜਨਾਬ, ਪਹਿਲੇ ਤੂੰ ਤਿਆਰ ਹੋ ਜਾ, ਆਪਣੀ ਸ਼ਾਦੀ ਤੋਂ ਪਹਿਲੇ ਮੈਂ ਤੇਰਾ ਡੋਲਾ ਤੋੜਾਂਗਾ। ਕੀਤਾ ਮੈਂ ਸਿੰਘ